सुरपाला। हाँ जी। तो पानी लाया घुट पी गए। हाँ जी बैठी हाँ, चाय बनाई जानी है, तुसी बैठो मैं ले आई पानी। आलो पानी। तो पानी आज मेरे कितने नाम दा पानी। ना की हो गया सोनू, ऐवें क्यों बोली जाने हो? वो ऐवें नहीं बोलदा। आ देखा भैन दे ब्याह वेले आरती तो 10 लाख रुपये फड़िया सीगा, उदों तां उहनूं मैं कहता सीगा मैं भाई चल ब्याह तो बाद मोड़ देंगे, हुण 6 महीने हो गए मुड़के मोड़े गए नहीं, हुण उहनूं लोड़ आ गई, उह कहिंदा मेरे पैसे दे के जाओ तुसीं। ਤੇ ਜਿਹੜਾ ਵਿਆਜ ਪਈ ਜਾਂਦਾ ਓਹੋ ਵਿਆਜ ਤੁਹਾਨੂੰ ਪਊ ਪਊਗਾ, ਵਿਆਜ ਤੁਹਾਨੂੰ ਦਿਨ ਵੀ ਲਾ ਲਾਗਾ, ਰਾਤ ਨੂੰ ਵਿਆਜ ਤਾਂ ਜਿਹੜਾ ਲੈਣਾ ਹੀ ਲੈਣਾ। ਹੁਣ ਤਾਂ ਆਹ ਮੇਰੀ ਜਾਨ ਨੂੰ ਛਾਪਾ ਹੋਇਆ ਖੜਾ ਗਾ, ਹੁਣ ਉਹਦੇ ਪੈਸੇ ਮੋੜਨੇ ਆ ਵੀ ਕਿਹੜੇ ਹਿਸਾਬ ਨਾਲ ਮੋੜ ਗਏ, ਉਦੋਂ ਤਾਂ ਕਹਿਤਾ ਸੀ ਵਿਆਹ ਤੋਂ 10-20 ਦਿਨ ਬਾਅਦ ਦੇ ਦਿਆਂਗੇ, 6 ਮਹੀਨੇ ਹੋਏ ਆਲੇ ਦੇ ਵੀ ਕੀ ਸਾਰੇ ਬਈ। ਹਾਂ ਸਹੀ ਗੱਲ ਹੈ, ਅਗਲਾ ਤਾਂ ਹੁਣ ਮੰਗੂਗਾ ਹੀ ਮੰਗੂਗਾ, ਉਹ ਤਾਂ ਉਹਦਾ ਕੀ ਕਸੂਰ ਆ, ਅਸਾਂ ਆਹੀ ਉਲਝਣਾ ਲੱਗੀ ਪਈ ਹੈ ਵੀ ਉਹਦੇ ਪੈਸੇ ਮੋੜਾ ਤਾਂ ਕਿੱਥੋਂ ਮੋੜਾ। ਹਾਂ ਹੋਰ ਜੀ, ਐਤਕੀ ਤਾਂ ਮੀਂਹ ਨੇ ਨਾ ਫਸਲ ਦਾ ਬੇੜਾ ਗਰਕ ਕਰਤਾ, ਨਾਲੇ ਜੇ ਫਸਲ ਚੰਗੀ ਹੁੰਦੀ ਨਾ ਅਗਲੇ ਦਾ ਵਿਆਜ ਲੈ ਜਾਂਦਾ ਤੇ ਅਗਲਾ 6 ਮਹੀਨੇ ਚੁੱਪ ਰਹਿੰਦਾ। ਉਹ ਇਹ ਤਾਂ ਹੈਗਾ ਹੀ ਆ, ਜੇ ਵਿਆਜ ਲੈ ਜੇ ਫਿਰ ਅਗਲੇ ਨੂੰ ਐਂ ਤਾਂ ਹੁੰਦਾ ਵੀ ਚੱਲ ਮੇਰਾ ਵਿਆਜ ਲੈ ਗਿਆ ਗਾਹਾਂ ਫਸਲ ਵੀ ਆਜੂ, ਫਸਲ ਐਤਕੀ ਤੈਨੂੰ ਪਤਾ ਹੋਏ ਨਹੀਂ ਵਿਆਜ ਵੀ ਨਹੀਂ ਪੂਰਾ ਹੋਇਆ ਅਗਲਾ, ਆੜਤੀ ਦੇ ਵੀ ਸਾਰੇ ਰਹਿੰਦੇ ਖੁੰਦੇ, ਆਪਾਂ ਮੈਸਾਂ ਵੀ ਵੇਚਦੀਆਂ, ਚੱਲ ਜੇ ਮੈਸਾਂ ਨਾ ਵੇਚਦੇ ਉਹਦੇ ਨਾਲ ਕਮ ਸੇ ਕਮ ਥੋੜ੍ਹੇ ਘਣੇ ਦੇ ਦਿੰਦੇ, ਕੋਈ ਨਾ ਕੋਈ ਵਿਆਜ ਤਾਂ ਹਲਕਾ ਹੁੰਦਾ। ਉਹ ਵਿਆਜ ਕਿੱਥੋਂ ਭਰੀਏ, ਆਪਣਾ ਤਾਂ ਘਰ ਦਾ ਰਾਸ਼ਨ ਪਾਣੀ ਨਹੀਂ ਲੋਟ ਆਉਂਦਾ, ਤੇ ਇੱਕ ਆਪਾਂ ਨਵੀਂ ਨਵੀਂ ਕੁੜੀ ਵਿਆਹੀ ਹੈ, ਥੋੜ੍ਹੇ ਦਿਨਾਂ ਤੋਂ ਉਹ ਆ ਜਾਂਦੀ ਹੈ, ਫਿਰ ਉਹਨੂੰ ਵੀ ਆਪਾਂ ਕੁਛ ਨਾ ਕੁਛ ਲੈ ਕੇ ਦੇਣਾ ਪੈਂਦਾ ਹੈਗਾ। ਉਹ ਤਾਂ ਹੁਣ ਹੱਕ ਬਣਦਾ ਆਪਾਂ ਨੂੰ ਦੇਣੇ ਪਊ, ਜੇ ਆਪਾਂ ਦੇ ਮੰਗ ਹੀਰ ਕਿਹੜਾ ਦੇਊਗਾ, ਰੌਲ ਤੇ ਆ ਹੁਣ ਆਪਣਾ ਹੱਥ ਬੜਾ ਟਾਈਟ ਹੋਇਆ ਪਿਆ। ਇੱਕ ਆਪਣੀ ਤੁਹਾਡੀ ਮਾਂ ਦਾ ਸਾਨੂੰ ਪਤਾ ਹੀ ਹੈ, ਜਿਹੜੀ ਪੈਨਸ਼ਨ ਮਿਲਦੀ ਹੈ ਆਪਣੇ ਤਾਂ ਕਦੇ ਹੱਥ ਤੇ ਨਹੀਂ ਰੱਖੀ ਹੈਗੀ। ਉਹ ਚੱਲ ਕੋਈ ਨਹੀਂ, ਹੁਣ ਕਿਹੜਾ ਕਹਿ ਕੇ ਦੇਖ ਲਈ ਵੀ ਸਾਨੂੰ ਥੋੜੀ ਜਿਹੀ ਲੋੜ ਆ ਜੇ ਦੇ ਦਿਓ ਤਾਂ ਉਹਦੀ ਮਰਜ਼ੀ ਹੈ ਭਾਈ, ਹੋਰ ਆਪਾਂ ਬੜਾ ਕਹਿ ਵੀ ਨਹੀਂ ਸਕਦੇ। ਓਹੋ ਉਹਦੇ ਤਾਂ ਆਪਦੇ ਨਹੀਂ ਖਰਚੇ ਲੋਟ ਆਉਂਦੇ ਗੇ, ਆਪਣੇ ਕੀ ਹੱਥ ਤੇ ਰੱਖੂ, ਆਪਣੇ ਜਵਾਕਾਂ ਦੇ ਕਦੇ ਹੱਥ ਤੇ ਨਹੀਂ ਰੁਪਇਆ ਰੱਖਿਆ ਉਹਨੇ। ਉਹ ਚੱਲ ਕੋਈ ਨਹੀਂ, ਰੱਖਿਆ ਤਾਂ ਮੈਨੂੰ ਵੀ ਦਿੰਦੇ ਹੀ ਆ, ਹੁਣ ਫਿਰ ਡਾਂਗ ਤਾਂ ਵੱਜਦੀ ਨਹੀਂ ਉਹਦੇ। ਆ ਨਾਲੇ ਦੇਖ ਲਾ ਤੇਰੀ ਮਾਂ ਰੋਜ਼ ਪੂਰੀ ਫਿਰਦੀ ਆ ਇੱਧਰ ਉੱਧਰ, ਕਿਰਾਏ ਭਾੜੇ ਮੋਜੂ ਵੀ ਕੱਢ ਦਿੰਦੀ ਆ, ਜਿਹੜੀ ਪੈਨਸ਼ਨ ਮਿਲਦੀ ਹੈਗੀ ਐਂ ਤਾਂ ਦੇਖਦੀ ਨਹੀਂ ਆਪਾਂ ਕਿੰਨੇ ਔਖੇ ਹੋਏ ਪਏ ਆਗੇ, ਪੂਰਾ ਮਦਦ ਹੀ ਕਰਦੇ। ਉਹ ਐਵੇਂ ਤੂੰ ਟੈਨਸ਼ਨ ਲੈ, ਕੋਈ ਨਾ ਕੋਈ ਆਪਣਾ ਹੱਲ ਨਿਕਲ ਆਊਗਾ, ਜੇ ਕੋਈ ਨਾ ਹੱਲ ਨਿਕਲਿਆ ਨਾ ਐਤਕੀ ਮੇਰਾ ਦੋਸਤ ਬਾਹਰ ਸੀਜ਼ਨ ਲਾਉਣ ਜਾਂਦਾ ਕਪੈਣ ਤੇ, ਫਿਰ ਮੈਂ ਉਹਦੇ ਨਾਲ ਵਗ ਜੂਗਾ, ਤੂੰ ਵੀ ਬਿਨਾਂ ਗੱਲਬਾਤ ਨੂੰ ਸੋਚਿਆ ਕਰ। ਚਲੋ ਚੰਗਾ, ਨਾਲੇ ਆਪਾਂ ਥੋੜੇ ਜਿਹੇ ਨਾ ਸੌਖੇ ਹੋ ਜਾਾਂਗੇ, ਆਪਣੀ ਕੁੜੀ ਦੀ ਫੀਸ ਵੀ ਰਹਿੰਦੀ ਹੈ ਪਰ ਨਾਲੀ ਨਾਲੇ ਉਹ ਭਰੀ ਜਾਊਗੀ। ਚਲ ਉਹ ਕੋਈ ਨਹੀਂ, ਬਿਨਾਂ ਗੱਲਬਾਤ ਨੂੰ ਸੋਚਿਆ ਕਰ, ਸਾਰਾ ਕੁਝ ਪ੍ਰਮਾਤਮਾ ਠੀਕ ਕਰੇ। ਬੇਬੇ ਆ ਗਈ, ਸਤਿ ਸ੍ਰੀ ਅਕਾਲ ਬੇਬੇ। ਆ ਗਈ, ਸਤਿ ਸ੍ਰੀ ਅਕਾਲ। ਹੋਰ ਬੇਬੇ ਠੀਕ ਹੈ? ਹਾਂ ਠੀਕ। ਲੈ ਬਹਿ ਜਾ, ਮੈਂ ਤੇਰੇ ਵਾਸਤੇ ਪਾਣੀ ਲਿਆਉਣੀ ਆ। ਗਰਮੀ ਬੜੀ ਆ। ਗਰਮੀ ਤਾਂ ਹੈਗੀ, ਅਸੀਂ ਮੈਂ ਤੈਨੂੰ ਕਹਿਣਾ ਹੁੰਦਾ ਤੂੰ ਨਾ ਬਾਹਲਾ ਬਾਹਰ ਅੰਦਰ ਜਾਇਆ ਕਰ, ਕਿਤੇ ਨਾ ਚੱਕਰ ਆ ਜਾਊਗਾ ਤੈਨੂੰ ਡਿੱਗ ਪਈ ਰਾਹ 'ਚ, ਚੱਕਰਾਂ ਨਹੀਂ ਕਿਸੇ ਨੇ। ਚੱਕਰ ਤਾਂ ਅੱਜ ਵੀ ਲੱਗੇ ਪਏ ਨੇ, ਕੀ ਕਰਾਂ ਗੋਲੀ ਲੈ ਕੇ। ਲੈ ਬੇਬੇ ਪਾਣੀ। ਹੋਰ ਮਾਂ ਸੁੱਖ ਸਾਂਦ ਹੈ, ਤੂੰ ਬਾਵਾ ਦਿਨ ਲਾਈ। ਹਾਂ ਠੀਕ ਆ ਸਾਰੇ, ਮੇਰੇ ਭਾਈ ਭਰਜਾਈ ਨੇ ਬਾਹਲਾ ਹੀ ਜ਼ੋਰ ਪਾ ਲਿਆ, ਕਹਿੰਦੇ ਰਹਿੰਦੀ ਨਹੀਂ ਹੈਗੀ, ਹਰ ਵਾਰੀ ਉਹਦੀ ਮੁੜ ਜਾਂਦੀ ਹੈ, ਤਾਬੀਅਤ ਲਾਉਣਾ ਨਹੀਂ ਨੇ, ਰਹਿ ਕੇ ਜਾਇਆ ਕਰ 2 ਦਿਨ, ਇਸ ਕਰਕੇ ਫਿਰ ਮੈਂ ਇੱਥੋਂ ਵੀ ਤੋੜ ਕੇ ਜੇ ਸਿੱਟੇ ਨਹੀਂ ਗਈ। ਚੱਲ ਠੀਕ ਹੈ ਭਾਈ। ਚੱਲ ਹੋਰ ਚੰਗੀ ਗੱਲ ਹੈ, ਮਾਮੇ ਹੋਰੇ ਠੀਕ ਠਾਕ ਨੇ? ਹਾਂ ਹਾਂ ਵਧੀਆ। ਚੱਲ ਚੰਗੀ ਗੱਲ, ਵੱਡੀ ਗੱਲ ਤਾਂ ਹੁੰਦੀ ਹੈ ਸਾਰਾ ਪਰਿਵਾਰ ਠੀਕ ਹੋਵੇ। ਹਾਂ ਉਹੀ ਤਾਂ ਗੱਲ, ਆਖਿਆ ਵੀ ਨਹੀਂ ਜਾਂਦਾ, ਮੈਂ ਤਾਂ ਜਾਣਾ, ਨਾਲੇ ਐਂ ਕਹਿੰਦੇ ਵੀ ਤੇਰਾ ਸਰਦਾ ਹੈ ਘਰੇ, ਨੀਂਦ ਤੂੰ ਠੀਕ ਨਹੀਂ ਹੈਗੀ। ਹਾਂ ਉਹ ਤਾਂ ਠੀਕ ਹੈ। ਚਲੋ ਚੰਗਾ ਗੱਲ ਹੋਈ, ਜਿਹੜੀ ਬਾਕੀ 2 ਦਿਨ ਲਾਈ ਬੜੀ ਚੰਗੀ ਗੱਲ ਹੈ। ਪੱਪੀ ਦਾ ਫੋਨ ਵੀ ਆਇਆ ਸੀਗਾ ਮੈਨੂੰ, ਉਹ ਕਹਿੰਦੀ ਅਸੀਂ ਪਰਸੋਂ ਆਵਾਂਗੇ, ਬਿਠਾ ਜਾਓ ਭਾਈ, ਅਸੀਂ 2 ਦਿਨ ਲਾ ਕੇ ਵੀ ਜਾਵਾਂਗੇ। ਲੈ ਨੀ ਮੈਂ ਮਰ ਜਾ ਨਾ ਥਾਲੀ ਨਾ ਵਾਸਤਾ, ਮੈਂ ਉੱਥੇ ਭਾਲੀ ਇੰਨੀ ਵੀ ਰੋਟੀ ਖਾ ਲੂ, ਆ ਬੈਠੀ ਲਈ ਹਨ ਖਾ ਦੇ। ਖਾ ਲੰਦੇ ਕਰ ਰੋਟੀ ਕਿਉਂ ਐ ਕਰਦੀ ਹੁੰਨੀ ਆ? ਉਹ ਨਹੀਂ ਪੁੱਤ, ਮੈਂ ਤਾਂ ਤੈਨੂੰ ਚੰਗੀ ਤਰ੍ਹਾਂ ਪਰੋਸ ਕੇ ਫੜਾਉਣੀ ਸੀ ਰੋਟੀ, ਮੈਨੂੰ ਪਤਾ ਤੂੰ ਆਈ ਚੱਕ ਲਿਆਵੇਂਗੀ। ਕੁਛ ਨਹੀਂ ਹੁੰਦਾ, ਬਸ ਸੈੱਟ ਆ ਸਾਰਾ ਕੁਝ, ਤੜਕੇ ਉੱਠਣਾ ਨਹੀਂ ਹੁੰਦਾ ਹੈਗਾ, ਇਸ ਵੇਲੇ ਕਾਹਲੀ ਕਰਨ ਲੱਗ ਜਾਂਦੀ ਹੈ। ਮੰਮੀ ਹੱਥ ਚੜ ਜੂਗਾ, ਕਿਉਂ ਨਹੀਂ ਰੋਟੀ ਖਾਣ ਦਿੰਦੀ? ਚੰਗਾ ਖਾ ਲਾ, ਬੁਲਾਈ ਜਾਂਦੀ ਆ।
ਇੱਧਰ ਹੀ ਟਾਈਮ ਲਾਤਾ ਆ ਜਾਂਦੇ ਰੀਤ ਨੂੰ ਕਾਲਜ ਵੀ ਛੱਡਣਾਗਾ ਆ ਗਿਆ ਹਾਂ ਆ ਜਾਓ ਜਲਦੀ ਲੈ ਬੇਬੇ ਅੱਛੀ ਗੱਲ ਬੇਬੇ ਤੂੰ ਕਦੋਂ ਆਈ ਆ ਬਸ ਹੁਣੀ ਆਈ ਸੀਗੀ ਚਾਹ ਪੀਤੀ ਐ ਲੈ ਲੈ ਮੈਂ ਅੰਦਰ ਹੀ ਤਿਆਰ ਹੋਏਗੀ ਪਤਾ ਹੀ ਨਹੀਂ ਲੱਗਿਆ ਹੈਗਾ ਤੇ ਹੋ ਗਿਆ ਟਾਈਮ ਤੇਰਾ ਹੋ ਗਿਆ ਟਾਈਮ ਮੇਰਾ ਨਾਲੇ ਨਾ ਇੰਨੇ ਇੰਨੇ ਦਿਨ ਨਹੀਂ ਹੁੰਦੇ ਹੈਗੇ ਇੱਕ ਅੱਧਾ ਦਿਨ ਹੁੰਦਾ ਤੁਸੀਂ ਤਾਂ ਜਾ ਕੇ ਉੱਥੇ ਜੀ ਲਾ ਕੇ ਬਹਿ ਜਾਂਦੇ ਹੋ ਲੈ ਉਹੀ ਉੱਧਰ ਕੇ ਸਾਰਾ ਟੱਬਰ 2 ਦਿਨ ਲਾ ਕੇ ਆਈ ਆ ਸਿਰਫ ਥੋੜੇ ਨੇ 2 ਦਿਨ ਸਾਡੇ ਤਾਂ ਘਰ ਚ ਸੁਣਨ ਸਰਾਇ ਹੋ ਗਈ ਸੀ ਅੱਛਾ ਚੱਲ ਹੁਣ ਤਾਂ ਮੈਂ ਆ ਗਈ ਫਿਰ ਹਾਂ ਚੱਲ ਪੜਾਈ ਧਿਆਨ ਨਾ ਕਰਿਆ ਕਰ ਪੁੱਤ ਵਧੀਆ ਆਪਦੇ ਪੈਰਾਂ ਤੇ ਖੜੀ ਹੋ ਜਾ ਜਿਹੜੀ ਚੰਗਾ ਬੇਬੇ ਚਾਹ ਚੂ ਪੀ ਲਈ ਪੀ ਲਈ ਹਾਂ ਚੰਗਾ ਰੋਟੀ ਖਾ ਲਈ ਹੁਣ ਹਾਂ ਚੰਗਾ ਠੀਕ ਹੈ ਲਾ ਜਾ ਪੁੱਤ ਨਾਲ ਤੂੰ ਖਾਣੀ ਹੋ ਪਾਲਾ ਆਈ ਆ ਗਈ ਹਾਂ ਦੱਸੋ ਕੀ ਕਹਿੰਦੇ ਸੀ ਉਹ ਕੀ ਕਹਿਣਾ ਸੀਗਾ ਅੱਜ ਤੋਂ ਹੁਣ ਮੈਂ ਗਿਆਗਾ ਬੈਂਡ ਤੇ ਚੜਾਉਣ ਕੁੜੀ ਨੂੰ ਹਾਂ ਉਹ ਡਰਾਈਵਰ ਕਹਿੰਦਾ ਵੀ ਸਕੂਲ ਆ ਪ੍ਰਿੰਸੀਪਲ ਨੇ ਕਿਹਾ ਹੈਗਾ ਕਿ ਜਿਹੜੇ ਜਵਾਕਾਂ ਦੀ ਫੀਸਾਂ ਰਹਿੰਦੀਆਂ ਆ ਅੱਛਾ ਉਹਨਾਂ ਨੂੰ ਬੈਂਡ ਤੇ ਲੈ ਜਾਣਾ ਚੜਾਉਣਾ ਨਹੀਂ ਅੱਛਾ ਜਿਹੜਾ ਕਹਿੰਦਾ ਫੀਸ ਭਰ ਕੇ ਆਓ ਜੇ ਨਾ ਫੀਸ ਭਰ ਕੇ ਅੱਜ ਤੇ ਕੰਨੂ ਮੈਂ ਬੈਂਡ ਤੇ ਚੜਾਉਣਾ ਕੁੜੀ ਕਹਿੰਦਾ ਫਿਰ ਮੈਨੂੰ ਨਾ ਕਿਹਾ ਚਲੋ ਉਹ ਤਾਂ ਫਿਰ ਠੀਕ ਹੈ ਮੈਂ ਪਾਜੀ ਅੱਜ ਕਿੱਥੋਂ ਕਰੇ ਪੈਸੇ ਹਰੇ ਕਰ ਗਏ ਮੇਰੀ ਗੱਲ ਸੁਣ ਲਓ ਆਪਣੀ ਬੇਬੇ ਨੂੰ ਨਾ ਪੈਨਸ਼ਨ ਮਿਲੀ ਹੈਗੀ ਉਹੀ ਪਤਾ ਕਰ ਲਓ ਤੁਸੀਂ ਕਹਿ ਦਿਓ ਵੀ ਤੇਰੀ ਪੋਤੀ ਦੀ ਫੀਸ ਭਰਨੀ ਹੈਗੀ ਬੈਨ ਵਾਲੀ ਖਬਰਾਂ ਦੇਈ ਦੇਵੇ ਸੋਨੂੰ ਤਾਂ ਮੈਨੂੰ ਤਾਂ ਜਵਾਬ ਦੇ ਦੂਗੀ ਉਹ ਓਹੋ ਤੂੰ ਕਹਾਂ ਕਿ ਤੂੰ ਵੀ ਕਰੋਈ ਆ ਜੇ ਤੈਨੂੰ ਜਵਾਬ ਦੇ ਫਿਰ ਮੈਨੂੰ ਕਿੱਥੋਂ ਦੇ ਦੂ ਉਹ ਨਹੀਂ ਨਹੀਂ ਆਪਣਾ ਫਰਕ ਹੈਗਾ ਕੁਝ ਵੀ ਗੱਲ ਹੈਗੀ ਤੁਸੀਂ ਤਾਂ ਸਾਹ ਨਾਲ ਗੱਲ ਕਰ ਲੋਗੇ ਮੇਰੇ ਨਾਲ ਤਾਂ ਫਿਰ ਉਹਨੇ ਔਖਾ ਜੀ ਝੱਕਣਾਗਾ ਵੀ ਲੈ ਆ ਗਈ ਪੈਸੇ ਮੰਗਣ ਪਰ ਕੋਈ ਨਹੀਂ ਫਿਰ ਹਾਂ ਪੁੱਛ ਕੇ ਦੇਖ ਲੈਣਾ ਉਹਨੂੰ ਹਾਂ ਚਲ ਠੀਕ ਆ ਤੁਸੀਂ ਪੁੱਛ ਲਿਓ ਚੰਗਾ ਮੈਂ ਕਰ ਲਾ ਕੰਮ ਚਲ ਕਰ ਲਾ ਹਾਂ ਬੜੇ ਸੱਚੋ ਪੰਚ ਪਏ ਉਹਨਾਂ ਕੋਲ ਕੋਈ ਜਵਾਬ ਲਾਉਣੀ ਪਊਗਾ ਫੀਸ ਤਾਂ ਭਰਨੀ ਪਊਗੀ ਆਈਆਂ ਬੇਬੇ ਹੋਰ ਠੀਕ ਆ ਤਾਂ ਹੁਣ ਵਧੀਆ ਹਾਂ ਬਸ ਠੀਕ ਆ ਗਰਮੀ ਜੀ ਚਾਈ ਕਰਕੇ ਨਾ ਆਹੋ ਤਾਂ ਬੰਦਲ ਜੇ ਗਈ ਬੇਬੇ ਆਏ ਸੀਗਾ ਹਾਂ ਤੇਰੇ ਪਤਾ ਹੁਣ ਵਿਆਹ ਦਾ ਹੱਥ ਥੋੜਾ ਟਾਈਟ ਹੋ ਗਿਆ ਸੀਗਾ ਵੀ ਫੀਸ ਭਰਨੀ ਸੀਗੀ ਕੁੜੀ ਦੀ ਅੱਛਾ ਤੈਨੂੰ ਤਾਂ ਕਹਿੰਦਾ ਜੇ ਥੋੜੇ ਪੈਸੇ ਪੈ ਦੇ ਦੇ ਇੰਨੇ ਮੈਂ ਤੈਨੂੰ ਆਸ-ਪਾਸ ਲੈ ਕੇ ਦੇ ਦੂੰਗਾ ਵੀ ਮੇਰੇ ਕੋਲ ਹੁਣ ਹੈ ਨਹੀਂਗਾ ਲੈ ਤੇ ਮੈਨੂੰ ਫੜਾਏ ਸੀ ਪੈਸੇ ਵੀ ਮੈਂ ਆਇਆ ਚੱਲ ਤੇਰੀ ਪਰਛਣ ਆਉਂਦੀ ਮਾੜਾ ਮੋੜਾ ਬੁਣੇ ਕੋਲ ਤਾਂ ਹੁੰਦੇ ਜੋੜ ਹੀ ਲੈਂਦੇ ਹੁੰਦੇ ਆ ਪਰਛਣ ਤੇ ਅੱਖ ਧਰ ਛੱਡੀ ਐ ਅੱਖ ਨਹੀਂ ਪਿਆ ਅੱਗੇ ਕਿੰਨੋਂ ਮੈਂ ਗਿਆ ਮੈਂ ਅੱਜ ਤੱਕ ਤਾਂ ਉੱਥੋਂ ਮੰਗਿਆ ਕਿ ਜਗ੍ਹਾ ਅੱਖ ਧਰ ਲਈ ਅਖਬਾਰ ਮੈਂ ਰੋਜ਼ ਲਿਆਣਾ ਪਰਛਣ ਤੇ ਲੋਕਾਂ ਨੇ ਬੁਣਾ ਸਾਰਾ ਘਰੇ ਲੈ ਲੈਂਦੇ ਮੈਂ ਤਾਂ ਤੋ ਰੁਪਿਆ ਨਹੀਂ ਮੰਗਿਆ ਇਹ ਤਾਂ ਚਲਾਏ ਸੀ ਬੈਨ ਵਾਲੇ ਮੈਨੂੰ ਆਇਆ ਕਹਤਾ ਨਹੀਂ ਕੱਲ ਨੂੰ ਗੱਡੀ ਦੀ ਜਿਹੜਾ ਕੁੜੀ ਨੇ ਮਾਸਟਰ ਨੇ ਕਿਹਾ ਹੈਗਾ ਜੇ ਗੱਲ ਨਹੀਂ ਘਰੇ ਮੈਂ ਉਹਦੀ ਪੜ੍ਹਾਈ ਖਰਾਬ ਹੋ ਜੂ ਮੇਰੇ ਕੋਲੇ ਕਿੱਥੇ ਨੇ ਪੈਸੇ ਮੈਂ ਤੁਹਾਥੋਂ ਕਦੇ ਮੰਗੇ ਆ ਵੀ ਮੰਗਣ ਆ ਕੇ ਮੈਂ ਟਾਵੇਂ ਦੱਸ ਕਿੱਥੋਂ ਦੇ ਦਿਆਂ ਕਿਰਾਏ ਭਾੜੇ ਕੀ ਲੱਗ ਜਾਂਦੇ ਮੇਰੇ ਤਾਂ ਨਾ ਬੇਬੇ ਮੈਨੂੰ ਆਇਆ ਦੱਸ ਅਸੀਂ ਕਿਹੜਾ ਕੁੜੀ ਵਿਆਹੀ ਨਹੀਂ ਨਾਲੇ ਅਸੀਂ ਪੈਸੇ ਨਹੀਂ ਲਾਏ ਹੈਗੇ ਨਾ ਇਸ ਵਾਰੀ ਸਾਡਾ ਹੱਥ ਤੰਗ ਹੋ ਗਿਆ ਤੇ ਕੀ ਹੋ ਗਿਆ ਜੇ ਤੈਥੋਂ ਮੰਗ ਲੈ ਨਾ ਆਪਦੇ ਹਿੱਸੇ ਦਾ ਠੇਕਾ ਵੀ ਤਾਂ ਤੂੰ ਹੀ ਸਾਂਭਦੀ ਆਂਗੀ ਸਾਨੂੰ ਕਿਦੋਂ ਦਿੰਨੀ ਐ ਤੂੰ ਢਾਵੇਂ ਇਸ ਵਾਰ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਐ ਅਸੀਂ ਤਾਂ ਤੈਥੋਂ ਤਾਂ ਮੰਗ ਲੈ ਨਾ ਤੂੰ ਮੈਨੂੰ ਐ ਬੋਲਦੀ ਐ ਢਾਵੇਂ ਨਾਲੇ ਹੋਰ ਨਾ ਕੀ ਗੱਲ ਐ ਕੀ ਖਾਸ ਗੱਲ ਐ ਆਪਦੀ ਪੋਤੀ ਲਈ ਇੰਨਾ ਨਹੀਂ ਕਰ ਸਕਦੀ ਤੂੰ ਚਲੋ ਕਿਉਂ ਜੇ ਜਿਹੜਾ ਕਰੀ ਜਾਣਾ ਛੱਡੋ ਯਾਰ ਮੰਗੀ ਨਾ ਬਸ ਰਹਿਣੀ ਦੇ ਨਾ ਗੱਲ ਤਾਂ ਸੁਣੋ ਮੇਰੀ ਬਾਲੇ ਔਖੇ ਹੋਈ ਜਨੇ ਦੋਨੇ ਤੁਸੀਂ ਤੇ ਆ ਕਦੋਂ ਦੀ ਆਈਆਂ ਬੈਗੁਰੇ ਮਚਦਾ ਅੰਦਰ ਨਹੀਂ ਧਰ ਸਕਦੇ ਸੀ ਚੱਕ ਕੇ ਪੈਸੇ ਭਰ ਲੈਣਗੇ ਮੈਥੋਂ ਆਏ ਦੇ ਤੁਸੀਂ ਤਾਂ ਦੋਹੇ ਮੇਰੇ ਮਗਰ ਹੱਥ ਧੋਕੇ ਪੈ ਗਏ ਜੇ ਮੇਰੇ ਕੋਲੇ ਹੁੰਦੇ ਮੈਂ ਦੇ ਨਾ ਦਿੰਦੀ ਮਾਂ ਲੜਦੇ ਕਿਉਂ ਜੇ ਤੇਰੇ ਕੋਲੇ ਨਹੀਂ ਹੈ ਨਹੀਂ ਤਾਂ ਚੁੱਪ ਕਰ ਜੋ ਓਹੋ ਪਹੁੰਚ ਹੀ ਗਏ ਮੈਂ ਤਾਂ ਚੁੱਪੀ ਆ ਬੋਲਣ ਨੂੰ ਥੋੜੀ ਹੈਗੀ
ਬਈ ਸਤਿ ਸ਼੍ਰੀ ਅਕਾਲ ਆ ਕੀ ਆ ਗਈ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਤੋਰ ਕਿੰਦੀ ਸਤਿ ਸ਼੍ਰੀ ਅਕਾਲ ਬੱਬੀ ਸਤਿ ਸ਼੍ਰੀ ਅਕਾਲ ਪਾਣੀ ਲਿਆ ਤੇ ਬਾਈ ਉਹ ਹੁੰਦੇ ਹੀ ਹੋਣਗੇ ਗੱਡੀ ਲਾਣ ਗਏ ਸੀ ਆ ਲੋ ਆ ਲੈ ਉਹ ਆ ਗਿਆ ਬਾਈ ਤਾਂ दो तीन दिन हो गए बुखार वाला चढ़ रहा है महा चलो जी शहर दिखा लेने कहनी चलो आप पिंड भी जाने महा चलो जा आना जी कोई गल नहीं चल वधिया दो अखर पढ़ लो चल तुसी पानी ता पी ला अंदर चलो चाह पानी रख दी मैं ठीक है चंगा बाबा चलो अंदर ना मेरी गल सुन चार दिन होए इनू गई ਆਉਣਾ ਸੀਗਾ ਕੱਲ ਆ ਗਈ ਅੱਜ ਓਹੋ ਹੁਣ ਫਿਰ ਕੀ ਕੀਤਾ ਜਾਵੇ ਹੁਣ ਉਹਨੂੰ ਘਰੋਂ ਕੱਢ ਦਗੇ ਆਨੇ ਭਾਨੇ ਤੁਰੀ ਫਿਰਦੀ ਹੈ ਤਾਂ ਅੱਗੇ ਘਰੋਂ ਕੱਢ ਦਈਏ ਉਹ ਜਦੋਂ ਬੰਦਾ ਘਰੇ ਆ ਜਾ ਨਾ ਆਹੋ ਭਾਈ ਤਾਂ ਕਰਨੀ ਪੈਂਦੀ ਹੈ ਹੁਣ ਮੈਂ ਤਾਂ ਜਾਂਦਾ ਨਹੀਂਗਾ ਚੱਲ ਤੂੰ ਉਹਨੂੰ ਕਿਹੜਾ ਚਾਹ ਦੇ ਉਹਨਾਂ ਨੂੰ ਫਿਰ ਦੇਖਦੇ ਆ ਚੱਲ ਤੂੰ ਕਿਹੜਾ ਫੋਨ ਦੇ ਬਈ ਹੋਰ ਸੁਣਾ ਮੰਮੀ ਕੋਈ ਗੱਲਬਾਤ ਫਿਰ ਬਸ ਠੀਕ ਹੈ ਅੱਛਾ ਦਵਾਈ ਚੱਲੀ ਜਾਂਦੀ ਤੁਹਾਡੀ ਹਾਂ ਦਵਾਈ ਤਾਂ ਮੈਂ ਖਾਣੀ ਹੈ ਜਿੰਨ ਚਿਰ ਜਿਉਂਗੀ ਤੇ ਤੁਸੀਂ ਦਵਾਈ ਲੈ ਆਏ हां मम्मी दवाई ਤਾਂ ਸੀ ਲੈ ਆਏ ਸੀਗੇ ਆਉਂਦੀ ਲੈ ਆਏ ਹੋਰ ਜਰਾ ਵੀ ਵਧੀਆ ਕਰਾ ਗਰਮੀ ਵੀ ਬਾਲੀ ਐ ਤੋ ਪੁੱਤ 15 ਦਿਨਾਂ ਦੀ ਦਿੱਤੀ ਉਹਨੇ ਕਹਿੰਦਾ ਇੱਕ ਵਾਰੀ ਆਪਾਂ ਦੁਬਾਰਾ ਟੈਸਟ ਕਰਾਂਗੇ ਜੇ ਸਹੀ ਹੋਇਆ ਮਲੇਰੀਆ ਦਾ ਡਰਾਣਾ ਕਹਿੰਦੇ ਵੀ ਮਲੇਰੀਆ ਜ਼ਿਆਦਾ ਹੋ ਜਾਂਦਾ ਅੱਛਾ ਹੋਰ ਦਵਾਈ ਗੌਰ ਨਾਲ ਲੈ ਲਈ ਪੁੱਤ ਗੌਰ ਨਾਲ ਹੀ ਲੈਣੀ ਐ ਮੰਮੀ ਬਾਕੀ ਤੁਹਾਨੂੰ ਪਤਾ ਹੀ ਐ ਦਵਾਈਆਂ ਦਾ ਤਾਂ ਗਰਮੀ 'ਚ ਨਾ ਟਾਈਫਾਇਡ ਉਹਦੀ ਹੋ ਜਾਂਦਾ ਜੇ ਨਾ ਆਪਾਂ ਖਿਆਲ ਕਰੀਏ ਇਹ ਤਾਂ ਹੈ ਹਾਂ ਦਵਾਈ ਗੌਰ ਨਾਲ ਲੈ ਲਈ ਲੋ ਭਾਬੀ ਵੀ ਆ ਗਈ ਹਾਂ ਬਈ ਦਵਾਈ ਤਾਂ ਮੈਂ ਲੈ ਆਈ ਸੀਗੀ गर्मी करके भी हो जाएगा चाह नु गेड़ा जंदा रहंदागा ता करके कहंदा गा मैं तो पींदा नहीं चल कोई और दस तेरे सारे सारे ठीक ठाक है तेरी सास ठीक रहंदी है हां भाभी सारे ठीक ठाक वधिया ने तेरा तो जी लगयागा ले भाभी और जी लगे ही होया चल चंगी गल है और सारे भी ना भला किसी दा जी लगे हां एक तेरी गल चल वधिया पुत चाय पी लो चाय पी लो और दा फसल बाड़ी छोटी वधिया ठीक है ਹੋਰ ਦੱਸ ਭਾਬੀ ਰੀਤ ਦੀ ਪੜ੍ਹਾਈ ਕਿਵੇਂ ਚੱਲਦੀ ਆ ਹਾਂ ਹੈਪੀ ਪੜ੍ਹਾਈ ਵਧੀਆ ਚੱਲੀ ਜਾਂਦੀ ਅੱਛਾ ਅੱਛਾ ਚੱਲ ਵਧੀਆ ਵਿਚਾਰੀ ਪੜ੍ਹ ਲੂਗੀ ਹੋਰ ਹੋਰ ਚੱਲ ਮੈਨੂੰ ਐ ਦੱਸ ਹੁਣ ਰੋਟੀ ਦੀ ਤਿਆਰੀ ਕਰ ਲਾਂ ਫਿਰ ਨਾ ਭਾਬੀ ਰੋਟੀ ਤਾਂ ਅਸੀਂ ਖਾ ਕੇ ਆਏ ਸੀ ਆਉਂਦੇ ਹੋਏ ਚਲੋ ਐ ਕਰੋ ਤੁਸੀਂ ਗੱਲਾਂ ਕਰੋ ਮੈਂ ਕੰਮ ਕਰ ਲਾਂ ਬਾਹਰ ਠੀਕ ਹੈ ਭਾਬੀ ਹਾਂ ਚੱਲ ਚਲ ਕੋਈ ਨਹੀਂ ਭੈਣੇ ਬਣਾਣ ਨੇ ਰੋਟੀ ਦਾ ਵੀ ਇੱਕ ਇੱਕ ਖਾ ਲਿਓ ਨਹੀਂ ਬਾਈ ਅਸੀਂ ਖਾ ਕੇ ਆਏ ਸੀਗੇ ਨਹੀਂ ਆਪਾਂ ਨੂੰ ਕਿਹੜਾ ਕੋਈ ਸੰਗ ਸੀਗੀ ਆਪਣਾ ਹੀ ਘਰ ਸੀ ਚੱਲ ਮੈਂ ਤਾਂ ਬੋਲਣ ਦੀ ਕਿੱਥੇ ਆ ਜੇ ਬੋਲੂੰਗੀ ਤਾਂ ਮਾੜੀ ਵੱਜੂਗੀ ਮੈਂ ਤਾਂ ਕੁਝ ਨਹੀਂ ਬੋਲਦੀ ਹੈਗੀ ਨਾ ਤੂੰ ਆਪ ਹੀ ਗਿਆ ਸੀਗਾ ਕਿ ਪਰਸੋਂ ਆਉਂਗੇ ਹੁਣ ਤੈਨੂੰ ਪਤਾ ਆਪਣੇ ਕਿਹੜਾ ਇੱਥੇ ਬਾਜ਼ਾਰ ਦੇ ਦੁਕਾਨਾਂ ਤਾਂ ਹੈ ਨਹੀਂ ਕੋਲ ਵੀ ਆਪ ਇੱਥੋਂ ਲਿਆਉਂਦੇ ਤਾਂ ਕਰਕੇ ਉਸ ਲਿਆਂਦਾ ਨਹੀਂ ਤਾਂ ਕੱਲੀ ਚਾਹ ਪਿਆ ਸੀ ਚੱਲ ਚੰਗਾ ਵੇ ਆ ਗੋਪੀ ਹੈ ਚੱਲ ਆਉਣੇ ਸੀ ਆਉਣੇ ਜੀ ਕੀ ਹੋ ਗਿਆ ਉਹ ਬੇਬੇ ਉਪਰੋਂ ਪੌੜੀਆਂ ਤੋਂ ਡਿੱਗ ਪਈ ਚੱਲ ਚੱਲ ਗਏ ਜਲਦੀ ਛੱਡੀ ਗਿਆ ਮੰਮੀ ਹਾਂ ਲੈ ਦੱਸ ਰੋਟੀ ਨਾ ਪਾਣੀ ਕੋਈ ਨਾ ਮੰਮੀ ਅਸੀਂ ਫੇਰ ਆਵਾਂਗੇ ਹੁਣ ਤੁਹਾਨੂੰ ਪਤਾ ਹੈ ਵੀ ਜ਼ਰੂਰੀ ਹੈ ਜਾਣਾ
ਚਲ ਠੀਕ ਹੈ ਬੱਚੇ ਹੋਰ ਦੱਸ ਮਸਾ ਦਾ ਆਈ ਸੀ क्यों नहीं है हरेक मां पे दिंदा चल कोई गल मम्मी आ देख ला बेबे दा हाल की हो गया होना आ की हो गया आ गई आगे बेबे हाँ आ गई गए तो रही नहीं माँ मैनू ऐ दस जो आए वारी हैप्पी आँदी है ना असी कुछ ना कुछ देंदे सीगे इहनूं ते ऐतकी साडा हथ तंग सी ऐतकी असी कुछ दिता नहीं मैं आपदी धी बारे फीस मंगी वह भी तू जवाब देता ते हुण ते तेरे कोले कित्थों आ गए उहदे कोले देण वास्ते 2000 देता उहनूं तू पूरा कुछ नहीं दिता लै माँ तू तां उही झूठ बोली जानी है मैं आपदे ना अखी देखिया गुलाबी नोट दिंदी नूं मैं कुछ नहीं दिता लै चल कोई नहीं मेरी गल सुन ये आप दा ठेका सामदी है कदे एक रुपया मंगया का बेबे तो फिर इन्हू आप सोचना चाहिए जो मेरे कितने मंगे ने इन्होंने भी चल पहली बार मंगे मैं देते फिर इन्हें कहना देते पहली बार मंगे मेरे पुत्र ने पैसे मंगे मैं वो लाज रख दिया मैं तो फड़क ने जवाब देता मैं तो फीस ही आदि कुड़ी आपे भर दूंगा बस पर तुम ना बोलो ऐतकी हाथ टैट सी मेरी गल सुन के जाई जाने ऐतकी हाथ टैट सी ऐतकी तेरे मुंह चा हो गया जवाब आ गया मिनट लाया गा जवाब देने तू तो उ बोली जानी है मेरे पुत्र मेरे न लड़ा चाहनी है तू मैनू पता है आहो पुत नू केड़ा दींदा नहीं जो मेरी धी आ जाती है ओदी रोना धोना पा के बह जाने तुसी तां लै तेरी धी आ जाती है रोना धोना पा के बह जाने साडी धी केड़ा बैरना है हथी ब्याही है सब कुछ दिता है वो तो करना ही सी फिर केड़ा कोई नवा काम करता तुसी चल मैं तो आपका हिस्सा भी ओदे नाल माऊं कर लो जेड़ा कुछ करना तुसी मेरा फिर पता ही सी आही कुछ करेंगी करा ना फिर मां तू हर वेले हिस्सा हिस्सा करदी रहनी आ करवा दे ओदे नाम असी भी बथेरा दुखी होए बैठे हैगे कोई नहीं कर दूंगी थोड़ी रीत पूरी हाँ हो। मेरी धी किन्ने चिर तो आई थी ना कोई ठंडा ना तत्ता ना कोई मिठाई मुई धरती खाली चा मां तैनू पता ना ऐतकी तो कुड़ी की फीस भी नहीं भरी गई हैगी अगे केड़ा कर देनी सी सेवा ऐतकी हाथ तंग सी ऐतकी तू हाकम कर लग गई करा ना किन्ने चिर हो गया बहन की आखूगा प्राणा खाली जा धरती तेरे पेक्या नहीं खाली जा धरती असी की करिए तेनू केड़ा पता नहीं तू कढ ला दे जीजे चो हाँ मैं तेन कोई बैठी हाँ पता ही है सानू हूं कुड़ी नु देन वे तेरे को किथे आ गए चंगा मैं इथों तेरे ना पकाई हुंदी चल ठीक है पकाई मैं इथों भी नहीं हुंदी जेड़ा काम करना ना कर दे सानू ना सवाइयां या करी जाया कर करूंगी मेरा जेड़ा हिस्सा है ना मैं मेरी धी दे नाल वाऊं जेड़ा कोई तुसी करना जोर लाउणा ला लियो चल ठीक है लवा दे तेरे नाल साथों भी नहीं पकाई हुंदी की मैथों भी नहीं हुंदी हैगी फिर मेरा हिस्सा मैं किसी नु मर्जी देवां इह तां मेरी मर्जी है ते जेड़ी मेरे मन च आ मैं करके हटूंगी कल नू मेरे मरी मगरों नू किने सहन है मेरे ज्यों तो नहीं कर्जी की चाह दे सकदे उहनू आ देख ला तेरी मां की बोली जांदी है की हो गया होना हां इन्ना पैसा लाता ब्याह ते अजे हिस्सा नहीं कर सकदी है कहदी मैं तां धी नू तो दे दूं हिस्सा आपदा अगर सेवा नहीं करदे मेरी धी जमाई दी आई दी तीजे दिन आई रहिंदी है की सेवा करदी है ओए आ कि मैं हिस्सा लवा दूंगी हुण कहीं आंदी है बथेरा जिद के हटिया मेरे नाल लै की हो गया मम्मी आ जा पुत्त तू भी सुन ला की हो गया तेरी दादी दी गल करदी है हां तेरी भूआ नु आपदे वाला हिस्सा दे दूं मैं ता सेवा पाणी ऐसी करिए ब्याह ते पुत्त तेरे सामने किन्ना पैसा लाता हाय मैं अजे कहदी सेवा मेरी ता धी जवाई दी सेवा नहीं हुंदी इस घरे अगर जरदी नहीं तू मैनू जे तेरे धी जवाई दी आकर सेवा नहीं हुंदी ना फिर किते हुंदी भी नहीं हैगी फिर तेरे प्यो नु समझा दे माड़ा मोटा बोल लिया करे हां ना ऐसी भूआ दा नहीं पुत्त हां कानू फोन आए फिर भूआ नु फड़ा के गए ने जी अच्छा हां फिर मिलके तो चल जाते
ਤੇ 2000 ਇੱਥੇ ਜਰਕ ਦੇਣੇ ਉੱਤੀ ਨੂੰ ਮੁੱਠੀ ਚ ਦੇ ਦਾ। ਅੱਛਾ ਹਾਂ ਅੱਛਾ ਜੀ, ਸਾਡੇ ਵੇਲੇ ਤਾਂ ਪੰਜੀ ਨਹੀਂ ਨਿਕਲਦੀ ਹੈਗੀ, ਕਦੇ ਅੜੇ ਥੋੜੇ ਤਾਂ ਦੇ ਹੀ ਸਕਦੀ ਹੈ। ਗੱਲ ਤਾਂ ਸੁਣਨਾ ਮੇਰੀ, ਚਲ ਉਹਨੇ 2000 ਦਿੱਤਾ ਉਹਦੇ ਕੋਲ ਸੀ ਦਿੱਤਾ, ਉਹਦਾ ਮੈਨੂੰ ਗੱਲ ਦਾ ਦੁੱਖ ਨਹੀਂ, ਚਲ ਆਪਾਂ ਨਹੀਂ ਦਿੱਤੇ ਨਾ ਲੈਂਦੇ, ਗੱਲ ਤਾਂ ਮੈਨੂੰ ਆਹ ਗੱਲ ਦਾ ਦੁੱਖ ਆ ਵੀ ਹਿੱਸਾ ਕਿਵੇਂ ਦੇ ਦੂਗੀ ਉਹ। ਉਹ ਐਂ ਹਿਸਾਬ ਦੇਖਣਾ ਜ਼ਮੀਨ ਦਾ ਰੇਟ ਆਪਣੇ ਇੱਥੇ 15 ਲੱਖ ਆ, ਆਪਣੇ ਵਾਲੇ ਪਾਸੇ ਆਪਣੇ ਜ਼ਮੀਨ ਚੱਲ ਜੀ ਇਹੀ ਮਾੜੀ ਆ, ਤੇ ਵਿਆਹ ਦਾ ਰਾਤਾ 22-23 ਲੱਖ ਰੁਪਇਆ, ਉਹਨੂੰ ਐਂ ਤਾਂ ਚਾਹੀਦਾ ਹੀ ਆ, ਇਹਨੇ ਸਾਂਭ ਕੇ ਰੱਖਿਆਗਾ ਕਿੱਲੇ ਦੇ ਪਾਸੇ ਮੈਂ ਲਾਈ ਬੈਠਾਗਾ। ਡੈਡੀ ਐਂ ਤਾਂ ਜਮੀ ਸ਼ਰਮ ਲਾਤੀ ਫਿਰ ਬੇਬੇ ਨੇ, ਐਂ ਥੋੜੀ ਹੁੰਦਾ ਹੈ ਹੁਣ ਸਾਰਾ ਕੁਝ ਕੁੜੀਆਂ ਨੇ ਘਰ ਲਟਾਈ ਜਾਣਾ। ਆਪਾਂ ਪੁੱਛ ਲਾ ਦੀ ਮਾਂ ਨੂੰ ਇਹ ਗੱਲਾਂ ਕਿਉਂ ਕਰਦੀ ਏ ਤੂੰ। ਉਹ ਜਾਨ ਮੈਂ ਇਹ ਕੀ ਪੁੱਛਣਾ ਦੇ ਦੂਗਾ, ਚੋਟ ਦੇ ਪਾਸੇ ਹੋਗਾ ਜੇ ਤੂੰ ਨਾ ਹੁੰਦਾ ਨਾ ਪਾਸੇ ਮਾੜਾ ਮੋਟਾ ਕਰਦਿਆ ਤੋ ਤੂੰ ਵੀ ਸੁਣ ਲੈਂਦਾ, ਬਾਹਰ ਆ ਜਾ ਤੂੰ ਤਾਂ। ਮੰਮੀ ਕਾਨੂੰ ਦਿੰਦੀ ਆ ਹਿੱਸੇ ਹਿੱਸੇ, ਤੂੰ ਵੀ ਮਾੜੇ ਠੰਡੀ ਰਿਹਾ ਕਰ, ਤੂੰ ਵੀ ਭੱਖ ਜਾਨੀ ਆ। ਨਹੀਂ ਮੈਂ ਨਹੀਂ ਭੱਖਦੀ ਸੀਗੀ ਪੁੱਤ, ਕਾਨੂੰ ਭੱਖਦੀ ਸੀਗੀ, ਹੱਟਦੀ ਨਹੀਂ ਹੈਗੀ। ਦੇਤਾ ਸੀ ਭੈਣ 2000 ਦੇਤਾ ਸੀ, ਤੂੰ ਚੁੱਪ ਕਰ ਜਾਂਦੀ, ਨਹੀਂ ਦਿੱਤੇ ਆਪਾਂ ਨੂੰ ਪੈਸੇ ਨਾ ਦਿੰਦੀ, ਤੈਨੂੰ ਪਤਾ ਤਾਂ ਹੈਗਾ ਦੱਸ ਬਾਤ ਆ ਵੀ ਪੈਸੇ ਨੇ ਤਾਂ ਮਰ ਮਰ ਜਾਂਦੀ ਆ। ਉਹ ਫਿਰ ਤਾਂ ਹੀ ਇਹਨੂੰ ਕਿਹਾ ਸੀ ਮਜਾ ਨਹੀਂ ਦਿੰਦੇ ਨਾ ਦਿੰਦੇ, ਪਰ ਆਪਾਂ ਹੁਣ ਲੜਾਈ ਥੋੜੀ ਕਰਨੀ ਹੈ ਲੜੀ। ਹਾਂ ਪਰ ਉਹਨੂੰ ਇੰਨੀ ਕਸੰਗ ਸੋਚਣੀ ਚਾਹੀਦੀ ਆ ਵੀ 20-25 ਲੱਖ ਵਿਆਹ ਤੇ ਲਾਤਾ, ਇੱਥੇ 15 ਲੱਖ ਦਾ ਆਪਣੇ ਕਿੱਲਾ ਹੈ ਜ਼ਮੀਨ ਦਾ, ਭੈਣ ਤਾਂ ਆਪਾਂ ਉਹ ਵੀ ਵੰਡਾਂਗੇ ਜੇ ਹਿੱਸਾ ਦਊਗੀ। ਦੇਖ ਲੈ ਹੁਣ, ਹਾਂ ਦੇਖਣਾ ਕੀ ਆ, ਕੱਲ ਨੂੰ ਮੈਂ ਹਿੱਸਾ ਮੰਗੂੰਗੀ, ਸਾਨੂੰ ਝੂਠਾ ਫੜਾਉਣਾ ਗਾ ਇਹ ਜਾਣ ਕੇ। ਚੱਲ ਕੋਈ ਨਹੀਂ ਤੂੰ ਵੀ ਠੰਡੀ ਰਹਿ ਗੱਲ, ਮੈਂ ਤਾਂ ਠੰਡੀ ਆ, ਚੱਲ ਨਹੀਂ ਬੋਲਦੀ ਤੂੰ, ਗੱਲ ਕਰ ਲਈ ਆਪਦੀ ਮਾਂ ਨਾਲ, ਕਹਿੰਦਾ ਜਮਾ ਨਹੀਂ ਬੋਲਦੀ। ਮੰਮੀ ਕਾਹਨੂੰ ਹੁਣ ਤੂੰ ਡੈਡੀ ਨੂੰ ਵੀ ਲੜਾਏਂਗੀ, ਤੂੰ ਲੜਿਆ ਹੀ ਚੰਗੀ ਤਰ੍ਹਾਂ ਤੇ ਹੁਣ ਡੈਡੀ ਨੂੰ ਜ਼ਰੂਰ ਲੜਾਉਣਾ ਤੂੰ। ਹਜੇ ਕਹਿੰਦੀ ਹੈ ਤੂੰ ਸਾਨੂੰ ਮਾਂ ਪੁੱਤਾਂ ਨੂੰ ਲੜਾਉਣ ਨੂੰ ਫਿਰਦੀ ਆ, ਹਜੇ ਐ ਬੋਲਦੀ ਆ। ਤੇ ਬਸ ਚੁੱਪ ਕਰ ਜਾ, ਆਪਾਂ ਬੜਿਆਪ ਲੋ ਕੇ ਦੇਖਦੇ ਆ, ਜੇ ਮੰਨਦੀ ਆ ਠੀਕ ਆ, ਜੇ ਜ਼ਿਆਦਾ ਹਿੱਸਾ ਹਿੱਸਾ ਕਰੂਗੀ ਫਿਰ ਜਿਹੜੇ ਉਹਦੇ ਵਿਆਹ ਤੇ ਲੱਗਣੇ ਉਹ ਵੀ ਵੰਡੋ ਭਾਈ ਕਹਦੇ। ਅੱਛਾ ਕੋਈ ਨਹੀਂ, ਨਾਲੇ ਭੂਆ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ। ਨਹੀਂ ਰਹੂਗੀ ਮੈਨੂੰ ਤਾਂ ਲੱਗਦਾ, ਤੂੰ ਨਹੀਂ ਕੋਈ ਅੱਗਾ ਤੱਕਾ ਲੈਂਦਾਗਾ। ਚਲ ਇਹ ਤਾਂ ਜੇ ਹੈਗੀ ਗਾਹਾਂ, ਜਿਹਨੂੰ ਜਿਹਦੇ ਨਾਂ ਲਵਾਓ ਉਹਨੂੰ ਤਾਂ ਪਤਾ ਹੀ ਆ ਵੀ ਇਹਨੇ ਮੇਰੇ ਭਰਾ ਨੇ ਪੈਸੇ ਲਾਇਆ ਵੀ ਕਿੱਡਾ ਕੁ ਬਿਜ਼ਨਸ ਤਕੜਾ ਇਹਦਾ। ਉਹ ਕਿਹੜਾ ਘੱਟ ਲੈੜੇ ਤੀਜੇ ਦਿਨ ਆਉਣ ਦਾ ਇੱਥੇ ਕੀ ਮਤਲਬ ਆ, ਰੋਜ਼ ਆਪਣੇ ਘਰੇ ਕਲੇਸ਼ ਹੁੰਦਾ ਜਦੋਂ ਵੀ ਭੂਆ ਆਉਂਦੀ ਆ। ਚੱਲ ਪੁੱਤ ਤੂੰ ਆਉਂਦੀ ਗੱਲ ਨਹੀਂ, ਚੱਲ ਜੇ ਬੰਦਾ ਆ ਗਿਆ ਦੇਖਦਾ ਕਰੇ ਚਾਹ ਪਾਣੀ ਹੈਗਾ ਉਹ ਆਪਾਂ ਪਿਆ ਦਿੰਦੇ ਆ, ਆਉਣ ਦੀ ਗੱਲ ਨਹੀਂ, ਚੱਲ ਇੱਥੇ ਤਾਂ ਆ ਜਾਂਦਾ। ਗੱਲ ਤਾਂ ਇਹ ਹੈ ਇਹਨੂੰ ਆ ਨਹੀਂ ਤਰਿਆ, ਇਹਨੂੰ ਆ ਨਹੀਂ ਤਰਿਆ, ਉਹ ਆ ਲੈ ਕੇ ਭਰਾ 20 ਰੁਪਏ ਦੇ ਸਮੋਸੇ ਮੱਥੇ ਮਾਰ ਦਿੱਤੇ ਸੀ, ਕਿਹੜਾ ਘੱਟੋਂ ਭਰਾ ਲਿਆ ਦਿੰਦੇ ਸਮੋਸੇ ਬਾਜ਼ਾਰ ਚੋਂ ਫੜ ਲੈਂਦੇ ਜਦੋਂ ਆ ਗਏ। ਤੇਰਾ ਪਿਓ ਚੀਜ਼ ਮੰਗਾ ਕੇ ਰੱਖਦਾ ਮਾੜੀ ਮੋਟੀ, ਚੱਲ ਵੀ ਆਊਗੀ ਹਨਾ, ਉਹ ਤਾਂ ਹੁਣ ਜੇ ਕੱਲ ਆਉਣਾ ਕਹਿੰਦੇ ਕੱਲ ਪਰਸੋਂ ਕਹਿੰਦੇ ਸੀ। ਹਾਂ ਪਰਸੋਂ ਕਹਿੰਦੇ ਸੀ ਆਉਣ ਨੂੰ, ਅਸਾਂ ਸਹਿਜ ਸੁਭਾਅ ਬੈਠੇ ਗੱਲਾਂ ਕਰੀ ਜਾਂਦੇ ਸੀ ਜਦੋਂ ਆ ਖੜੇ। ਫੇਰ ਤੇ ਹੁਣ ਇਹ ਚ ਆਪਣੀ ਕੀ ਗਲਤੀ ਆ, ਹੁਣ ਬੇਬੇ ਨੂੰ ਇੰਨੀ ਕਿ ਤਾਂ ਸਮਝ ਹੋਣੀ ਚਾਹੀਦੀ ਆ, ਨਾਲੇ ਜਦੋਂ ਉਹਦੇ ਕੋਲ ਪੈਸੇ ਹੈਗੇ ਸੀ ਆਪ ਮੰਗਾ ਲੈਂਦੀ। ਹਾਂ ਹੈ ਵੀ ਤੂੰ ਦੱਸ ਪੈਸੇ ਦੱਬ ਕੇ ਕੀ ਕਰੇਂਗੀ। ਚੱਲ ਪੁੱਤ ਤੈਨੂੰ ਵੀ ਚਾਹ ਪਾਣੀ ਬਣਾ ਕੇ ਦੇਵਾਂ, ਥੱਕੀ ਆਈ ਆ ਤੂੰ ਵੀ ਬਾਹਰੋਂ। ਚੱਲ ਆਇਆ ਮੰਮੀ, ਮੇਰੇ ਤਾਂ ਨਾ ਦਿਮਾਗ ਖਰਾਬ ਹੋ ਜਾਂਦਾ ਥੋੜੇ ਦਿਨਾਂ ਤੋਂ। ਦਿਮਾਗ ਤਾਂ ਪੁੱਤ ਮੇਰਾ ਕਿਹੜਾ ਖਰਾਬ ਨਹੀਂ ਹੋਇਆ, ਮੈਂ ਤਾਂ ਤੇਰੇ ਪਿਓ ਨੂੰ ਦੱਸਦੀ ਸੀ ਚੱਲ ਇੱਥੇ ਨੂੰ। ਚੱਲ ਪੁੱਤ ਤੂੰ ਆਪਦਾ ਪੜ੍ਹਾਈ ਤੇ ਧਿਆਨ ਰੱਖ, ਇੱਥੇ ਚੱਲ ਦੀ ਨੇ ਘਰਾਂ 'ਚ ਤਾਂ ਕੰਮ ਹੀ ਇਹ ਆ ਹੁਣ ਬਸ। ਕੋਈ ਨਾ ਡੈਡੀ, ਚਲੋ ਤੁਹਾਨੂੰ ਵੀ ਲਾਵਾਂਗੇ ਫੋਨ, ਆਪਾਂ ਸਮਝਾਵਾਂਗੇ ਵੀ ਭਾਈ ਤੂੰ ਬਾਲਾ ਨਾ ਆਇਆ ਕਰ, ਮੇਰੇ ਤਾਂ ਜੀ ਕਰਦਾ ਨਾ ਮੈਂ ਉਹਨੂੰ ਕਾਲਜ ਜਾ ਕੇ ਫੋਨ ਲਾਵਾਂ। ਨਹੀਂ ਪੁੱਤ ਇਸ ਘਰ ਦੀ ਕੁੜੀ ਆ ਉਹ, ਆਪਾਂ ਐ ਨਹੀਂ ਕਹਿੰਦੇ ਹੈਗੇ। ਉਹ ਐ ਕਿਵੇਂ ਕਹਾਂਗੇ, ਐ ਨਹੀਂ ਕਹਿੰਦੇ ਜੀ, ਐ ਕਿਹਾ ਵੀ ਨਹੀਂ ਜਾਂਦਾ ਹੁੰਦਾਗਾ। ਫਿਰ ਹੋਰ ਕੀ ਕਰੀਏ, ਜੇ ਕੋਈ ਰਿਸ਼ਤੇਦਾਰ ਬਾਹਰੋਂ ਆਏ ਕਹਿੰਦੇ ਨੇ ਵੀ ਸਾਡੇ ਘਰੇ ਨਾ ਆਇਆ ਕਰ। ਉਹ ਵੀ ਇਸ ਘਰ ਦੀ ਕੁੜੀ ਆ ਪੁੱਤ, ਕੋਈ ਗੱਲ ਨਹੀਂ। ਮੰਮੀ ਕੁੜੀ ਤਾਂ ਹੈਗੇ ਪਰ ਹੁਣ ਕੁੜੀਆਂ ਹਿੱਸਾ ਤਾਂ ਨਹੀਂ ਵੰਡਾ ਕੇ ਲੈ ਕੇ ਜਾਂਦੀਆਂ ਹੁੰਦੀਆਂ। ਉਹ ਤਾਂ ਭਾਵੇਂ ਨਾ ਕਿਹਾ ਤੇਰੀ ਦਾਦੀ ਕਹਿੰਦੀ ਆ। ਤੇ ਦਾਦੀ ਦਾ ਕੀ ਕਰਨਾ ਹੁਣ ਦੱਸ ਦੇ, ਮੈਂ ਦੇਖਾਂ ਪਿਆਰ ਨਾਲ ਮਨਾ ਕੇ ਜੇ ਮੰਨਦੀ ਆ। ਕਰ ਲੋ ਗੱਲ ਪਿਓ ਦੀ ਆਪੇ, ਮੈਂ ਤਾਂ ਕੁਝ ਨਹੀਂ ਕਹਿੰਦੀ। ਚ ਡੈਡੀ ਆਪਾਂ ਮਨਾ ਕੇ ਦੇਖਦੇ ਆ। ਤਾਂ ਤੂੰ ਹੀ ਕਰ ਲਈ ਗੱਲ, ਮੈਂ ਤੂੰ ਫੇਰ ਬੋਲਿਆ ਜਾਊਗਾ। ਚਲ ਆ ਜਾ, ਚਲ ਆ ਜਾ, ਚਲ ਚਾਹ ਵੀ ਘੁੱਟ ਦੇ, ਤੂੰ ਆਦੇ ਸਾਹਮਣੇ ਸਮਝਾ ਦੇ ਉਹਨੂੰ। ਫੋਨ ਲਾਵਾਂ ਹੈਪੀ ਬੁਲਾਉਣੀ। ਹੈਲੋ ਹੈਲੋ, ਹਾਂ ਪੁੱਤ ਕਿਵੇਂ ਹੈ? ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ, ਤੇਰੀ ਸੱਸ ਕਿਵੇਂ ਹੈ? ਠੀਕ ਹੈ ਮੰਮੀ, ਉਹਨੂੰ ਕੀ ਹੋਣਾ, ਪੈਰ ਮੁੱਚਿਆ ਸੀ ਕਿਤੇ ਨਹੀਂ, ਉਹਦੀ ਜਾਨ ਨਿਕਲਣ ਲੱਗੀ। ਵਾਲੀ ਤੈਨੂੰ ਛੱਟ ਵੱਜੀ ਸੀ? ਨਹੀਂ ਨਹੀਂ ਕੁਛ ਨਹੀਂ ਹੋਇਆ। ਵਾਲੀ ਵਾਈ ਜੋ ਵੀ ਤੈਨੂੰ ਔਖਾ ਪੁੱਤ ਫਿਰ ਮਾਰਨੀ। ਹਾਂ ਇਹ ਤਾਂ ਹੈ, ਚੱਲ ਛੱਡ, ਹੋਰ ਦੱਸ ਮੰਮੀ। ਮੈਂ ਤੈਨੂੰ ਐਂ ਫੋਨ ਲਾਇਆ ਵੀ ਤੂੰ ਉਰੇ ਆਏਂਗੀ ਕਿ ਮੈਂ ਆਵਾਂ, ਮੈਂ ਆਪਦਾ ਹਿੱਸਾ ਤੇਰੇ ਨਾਲ ਲਵਾਉਣਾ। ਅੱਛਾ ਹਾਂ ਮੰਮੀ, ਪਤਾ ਕੀ ਆ, ਜੇ ਮੈਂ ਉਰੇ ਆਈ ਐਵੇਂ ਵੀਰ ਨੂੰ ਪਤਾ ਲੱਗ ਜੂ, ਕਲੇਸ਼ ਪੈ ਜੂਗਾ, ਮੈਂ ਤਾਂ ਐਂ ਕਹਿੰਦੀ ਤੂੰ ਮੇਰੇ ਕੋਲ ਹੀ ਆ ਜਾ। ਹਾਂ ਫਿਰ ਮੈਂ ਇੱਥੇ ਆ ਜਾਣੀ ਤੇਰੇ ਕੋਲੇ। ਹਾਂ ਨਾਲੇ ਸੌਖਾ ਕੰਮ ਹੋ ਜੂਗਾ, ਇਹਨੂੰ ਪਤਾ ਵੀ ਨਹੀਂ ਲੱਗਣਾ। ਹਾਂ ਠੀਕ ਹੈ, ਮੈਂ ਹੀ ਆ ਜਾਂਦੀ ਹਾਂ। ਠੀਕ ਹੈ, ਚੰਗਾ ਚੰਗਾ, ਚਲ ਮੈਂ ਹੀ ਜਾਂਦੀ ਹਾਂ। ਮਾਂ ਆ ਕਿੱਦਣ ਚੱਕਰਾ ਦਾ ਗਿਆ ਤੂੰ? ਮੈਂ ਤਾਂ ਕੁੜੀ ਕੋਲ ਜਾ ਕੇ ਆਉਣੀ ਆ। ਕੁੜੀ ਕੋਲ ਜਾ ਕੇ ਨੀ, ਉਰੇ
ਨਹੀਂ ਲਵਾਉਂਦੀ ਪਹਿਲਾਂ ਹੀ ਖਤਰਾ ਹੋ ਜਾਂਦਾ ਤੁਹਾਨੂੰ ਤਾਂ ਆਪਦਾ ਖਤਰਾ ਨਹੀਂ ਅੱਜ ਤਾਂ ਮੈਨੂੰ ਪਤਾ ਗਾ ਵੀ ਤੇਰਾ ਵੀ ਨਹੀਂ ਲਵਾਉਂਦੀ ਪਰ ਫਿਰ ਵੀ ਮੇਰਾ ਹੱਕ ਆ ਕਹਿਣ ਦਾ ਨਹੀਂ ਲਵਾਉਂਦੀ ਦੇਖ ਲਈ ਮਾੜਾ ਮੇਰੇ ਬੰਨੇ ਵੀ ਕੋਈ ਨਹੀਂ ਠੀਕ ਆ ਆਹੋ ਕੋਈ ਨਹੀਂ ਮੁੜ ਕੇ ਕਿਤੇ ਲਵਾ ਕੇ ਬਹਿ ਜਾ ਇੱਥੇ ਮੈਂ ਤਾਂ ਕੱਲ੍ਹ ਨੂੰ ਮੈਂ ਕੀ ਕਰੂੰਗਾ ਇੱਥੇ ਕੀ ਬਾਹਲੀ ਜ਼ਮੀਨ ਆ ਗਈ ਸਰੇ ਪਿਆ ਇਹਨਾਂ ਦਾ ਪਤਾ ਨਹੀਂ ਕੀ ਭਾਲ ਦੀਆਂ ਸੀ ਸਾਰਾ ਕੁਛ ਕਰਤਾ ਚੰਗੇ ਘਰ ਵਿਆਹ ਤੀ ਚੰਗੇ ਪੈਸੇ ਲਾ ਤੇ ਲੈ ਕੰਮ ਨਵੇੜਦਾ ਫਟਾਫਟ ਸਫਾਈਆਂ ਨੀ ਜੀ ਅੱਜ ਮੰਮੀ ਨੇ ਆਉਣਾ ਮੈਂ ਕਿਹਾ ਚਲੋ ਫਟਾਫਟ ਕੰਮ ਨਵੇੜ ਲਾ ਫਿਰ ਦੋ ਘੜੀ ਬਹਿ ਜੂੰਗੀ ਉਹਦੇ ਕੋਲੇ ਲੈ ਫਟਾਫਟ ਕੰਮ ਨਵੇੜ ਲਾ ਲੈ ਹੋਰ ਜੀ ਮੰਮੀ ਨੇ ਆਉਣਾ ਅੱਜ ਮੈਂ ਕਿਹਾ ਫਟਾਫਟ ਕੰਮ ਨਵੇੜ ਲਾ ਫਿਰ ਦੋ ਘੜੀ ਬਹਿ ਜੂੰਗੀ ਉਹਦੇ ਕੋਲੇ ਲੈ ਰਹਿ ਮੰਮੀ ਪੈਸੇ ਆ ਰਹੇ ਨੇ ਹਾਂਜੀ ਆ ਤਾਂ ਵੈਸੇ ਹੀ ਰਹੇ ਨੇ ਤੁਸੀਂ ਰੈਡੀ ਹੋ ਹਾਂ ਹਾਂ ਚਲੋ ਤੁਸੀਂ ਚੱਲ ਜਾਓ ਕੰਮ ਤੇ ਫਿਰ ਕੋਈ ਗੱਲ ਕੰਮ ਤਾਂ ਗਿਆ ਨੀ ਥੋੜਾ ਓਹੋ ਦੋ ਮਿੰਟ ਆਰਾਮ ਕਰ ਲਾ ਲੈ ਆ ਗਈ ਮੰਮੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਹੋਰ ਕਿਵੇਂ ਹਾਂ ਵਧੀਆ ਵਧੀਆ ਗਰਮੀ ਦੇਖੀ ਬਾਹਲੀ ਹੈ ਜਾਨ ਕੀ ਹੈ ਨਹੀਂ ਗਰਮੀ ਤਾਂ ਬਾਹਲੀ ਹੋ ਗਈ ਹੋਰ ਸੁਣਾ ਫਿਰ ਬਸ ਠੀਕ ਹੈ ਤੂੰ ਦੱਸ ਕਿਵੇਂ ਹੈ ਮੈਂ ਤਾਂ ਠੀਕ ਹਾਂ ਮੰਮੀ ਕਿਵੇਂ ਕੀ ਗੱਲ ਹੋ ਗਈ ਸੀ ਫੋਨ ਤੇ ਕਹਿੰਦੀ ਸੀ ਗੱਲ ਤਾਂ ਜਿਹੜੀ ਹੋ ਗਈ ਮੈਂ ਤਾਂ ਐਂ ਕਹਿਣੀ ਆ ਵੀ ਜਿਹੜੀ ਮੇਰਾ ਹਿੱਸੇ ਦਾ ਹੈਗਾ ਮੈਨੂੰ ਜ਼ਮੀਨ ਦਾ ਹਿੱਸਾ ਹੈਗਾ ਮੇਰੇ ਕੋਲੇ ਮੈਂ ਤਾਂ ਤੇਰੇ ਨਾਲ ਕਰਾਉਂਗੀ ਮੰਮੀ ਨਾ ਤਾਂ ਕਰਾ ਦੇਂਗੀ ਨਹੀਂ ਕੋਈ ਤਾਂ ਗੱਲ ਹੋਈ ਹੋਣੀ ਘਰ ਦੇ ਵਿੱਚ ਲੜਾਈ ਲੜੋਈ ਹੋ ਗਈ ਲੜਾਈ ਕਿ ਜਦੋਂ ਤੂੰ ਜਾਨੀ ਆਉਂਦੇ ਚੱਲਦੇ ਤਾਂ ਨਹੀਂ ਤੇਰੀ ਭਰਜਾਈ ਤਾਂ ਉਹਦੀ ਮੱਚ ਜਾਂਦੀ ਹੈ ਵੀ ਆ ਗਈ ਤੀਜੇ ਦਿਨ ਆ ਜਾਂਦੀ ਹੈ ਕਹਿੰਦੀ ਐਂ ਕਹਿੰਦੀ ਆਲਾ ਮੈਨੂੰ ਲੈ ਦੱਸ ਮੰਮੀ ਮੇਰੇ ਪੇਕੇ ਨੇ ਉਹ ਜੇ ਮੈਂ ਉੱਥੇ ਨਹੀਂ ਜਾਊਂਗੀ ਤਾਂ ਹੋਰ ਕਿੱਥੇ ਜਾਊਂਗੀ ਭਾਬੀ ਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਕੀ ਲੋੜ ਹੈ ਸੋਚਣ ਦੀ ਨਹੀਂ ਚੱਲਦੀ ਉਹ ਇਸੇ ਕਰਕੇ ਮੈਂ ਇਹ ਕਦਮ ਫੱਟਿਆ ਵੀ ਆਪਦੇ ਹਿੱਸੇ ਦੀ ਜ਼ਮੀਨ ਤੇਰੇ ਨਾਲ ਵਾਹ ਹੀ ਨੇ ਮੈਂ ਜਿਉਂ ਜਿਉਂ ਚੱਲ ਮੰਮੀ ਫਿਰ ਤਾਂ ਤੂੰ ਵਧੀਆ ਕੀਤਾ ਹਨਾ ਹਾਂ ਫਿਰ ਹੋਰ ਕੀ ਜਦੋਂ ਤੇਰੇ ਬੈਠੇ ਤੋਂ ਮੇਰੇ ਨਾਲ ਐਂ ਕਰਦੇ ਨੇ ਮਗਰੋਂ ਕੀ ਕੁਛ ਕਰ ਲਈਏ ਮਗਰੋਂ ਮੈਨੂੰ ਕੀ ਇਤਬਾਰੀ ਆ ਕੋਈ ਮਗਰੋਂ ਦਾ ਕੀ ਨੇ ਦੇਖਣਾ ਜਦੋਂ ਮੈਂ ਜਿਉਂਦੀ ਦੇਖ ਰਹੀ ਹਾਂ ਵੀ ਤੇਰੇ ਨਾਲ ਇੰਨਾ ਬਿਤਕਰਾ ਕਰਦੀ ਹੈ ਕੋਈ ਅੰਤ ਨਹੀਂ ਦੱਸ ਮੈਂ ਤਾਂ ਕੋਈ ਮਾੜੀ ਚੰਗੀ ਵੀ ਨਹੀਂ ਕਹਿੰਦੀ ਮੰਮੀ ਉਹਨੂੰ ਮੈਨੂੰ ਪਤਾ ਨਹੀਂ ਕਹਿੰਦੀ ਪਰ ਉਹ ਬਰਦਾਸ਼ਤ ਨਹੀਂ ਕਰਦੀ ਨਾ ਤੈਨੂੰ ਗਈ ਨੂੰ ਚੱਲ ਕੋਈ ਨਾ ਮੰਮੀ ਛੱਡ ਪਰਾਂ ਜਿਹੜਾ ਕੁਛ ਹੋ ਗਿਆ ਹੋ ਆ ਗਿਆ ਇਹ ਤਾਂ ਤੂੰ ਵਧੀਆ ਕੀਤਾ ਮੇਰੇ ਕੋਲੇ ਆ ਗਈ ਨਹੀਂ ਐਵੇਂ ਉੱਥੇ ਮੈਂ ਉਹਦੀ ਬਾਈ ਹੋਰਾਂ ਨੂੰ ਪਤਾ ਲੱਗ ਜਾਂਦਾ ਤਾਂ ਹੀ ਤਾਂ ਮੈਂ ਆ ਗਈ ਫਿਰ ਫਿਰ ਮੱਚਣਗੇ ਇਹ ਚੱਲ ਕੋਈ ਨਾ ਛੱਡ ਚੱਲ ਹੁਣ ਇਹ ਆਪਾਂ ਇਹ ਕੰਮ ਕਰਕੇ ਜਾਊਂਗੀ ਮੈਂ ਬਸ ਠੀਕ ਹੈ ਤੂੰ ਬੈਠ ਮੈਂ ਤੇਰੇ ਲਈ ਚਾਹ ਪਾਣੀ ਲੈ ਕੇ ਆਉਂਦੀ ਹਾਂ ਚਾਹ ਦੀ ਤਾਂ ਲੋੜ ਨਹੀਂ ਗਰਮੀ ਵਾਲੀ ਹੈ ਨਹੀਂ ਕੋਈ ਨਾ ਮੰਮੀ ਪੀ ਲਈ ਚੱਲ ਚੰਗਾ ਹਾਂ ਮੈਂ ਜਿਹੜੀ ਹੁਣ ਮੱਥ ਲਈ ਮੈਂ ਤਾਂ ਕਰਕੇ ਹੀ ਜਾਣੀ ਹੈ ਮੈਂ ਨਹੀਂ ਡਰਦੀ ਟੁਰਦੀ ਮੈਂ ਕਿਹੜਾ ਉਹਨਾਂ ਦਾ ਕੁਛ ਖੋਇਆ ਮੈਂ ਆਪਦੇ ਹਿੱਸੇ ਦੀ ਲਵਾਉਂਗਾ ਵੀ ਧੀ ਦਿਨਾਂ ਤੇ ਜ਼ਮੀਨ ਕਰ ਲੈਣ ਜਿਹੜਾ ਕੁਛ ਕਰਦੇ ਆ ਹੁਣ ਕਿਹੜਾ ਮੈਨੂੰ ਉਹ ਚੰਗੀ ਕਹਿੰਦੇ ਆ ਕਿ ਮੈਨੂੰ ਫੁੱਲ ਪਾਉਂਦੇ ਆ ਮੈਂ ਤਾਂ ਜਿਵੇਂ ਆਪਦੀ ਮਰਜ਼ੀ ਆ ਉਵੇਂ ਕਰੂੰ ਮੱਚੇ ਲੈਣੇ ਫਿਰ ਮੱਚੀ ਜਾਣਗੇ ਤਾਂ ਮੈਨੂੰ ਡਰਦੀ ਡੁਰਦੀ ਨਹੀਂ ਹੈਗੀ ਮੈਂ ਉਹਨਾਂ ਤੋਂ ਡੈਡੀ ਹਾਂਜੀ ਬੇਬੇ ਕਿੱਥੇ ਆ ਬੇਬੇ ਤਾਂ ਬਾਗੀ ਬਾਗੀ ਹਾਂ ਮੈਂ ਤਾਂ ਸਾਰੇ ਘਰ ਚ ਲੱਭ ਲਈ ਓਹੋ ਲੱਭੂ ਤਾਂ ਹੀ ਘਰੇ ਹੋਊਗਾ ਤਾਂ ਹੀ ਮਿਲੂਗੀ ਫਿਰ ਉਹ ਕੋਈ ਹਾਲ ਨਹੀਂਗਾ ਬੇਬੇ ਦਾ ਵੀ ਕਰਤਾ ਉਹੀ ਕੰਮ ਜਿਹੜੇ ਦਾ ਡਰ ਸੀਗਾ ਕੀ ਕਰਤਾ ਉਹਦਾ ਇੱਥੇ ਗਈ ਸੀ ਕਿ ਮੈਨੂੰ ਕੰਮ ਆਗਾ ਤੇ ਮੈਂ ਜਾਂਦੀ ਨੂੰ ਕਿਹਾ ਵੀ ਮੈਂ ਕਿਤੇ ਇਹਨਾਂ ਜ਼ਮੀਨ ਜ਼ਰੂਰ ਲਵਾਈ ਨਾ ਉਹਨਾਂ ਦੇ ਇਹਨੇ ਨਹੀਂ ਲਵਾ ਕੇ ਆਉਂਦੀ ਉਹ ਲੜਾਈ ਦਾ ਕੰਮ ਕਿਹੜਾ ਕਰਨਾ ਤੁਸੀਂ ਬਸ ਉਹ ਕਰ ਦੇਣਾ ਹੋਰ ਕੁਝ ਨਹੀਂ ਹੋਰ ਕੋਈ ਕੰਮ ਨਹੀਂ ਜ਼ਮੀਨ ਹੀ ਲਵਾਉਣ ਗਈ ਹੋਣੀ ਬੇਬੇ ਨਾਲ ਮੈਨੂੰ ਪੱਕਾ ਪਤਾ ਉਹਦੇ ਸੁਭਾਅ ਦਾ ਓਹੋ ਜ਼ਮੀਨ ਕਿਵੇਂ ਲਵਾ ਦੂਗੀ ਤੈਨੂੰ ਉਹਨੂੰ ਪਤਾ ਇੰਨੇ ਦਾ ਖਰਚਾ ਕਿਆ ਜਾਏਗਾ ਬਾਹਰ ਤਾਂ 15 ਲੱਖ ਦਾ ਕਿੱਲਾ ਆਪਣੇ ਤਾਂ ਤੇ ਵਿਆਹ ਤੇ ਮੈਂ 22 ਲੱਖ ਦਾ ਹੀ ਬੈਠਾ ਐਂ ਕੀ ਕਮਲੀ ਆ ਗਈ ਉਹ ਕਮਲੀ ਹੈ ਬਾਪੂ ਹਜੇ ਸਵੇਰੇ ਆਈ ਆ ਇਧਰੋਂ ਭੂਆ ਆ ਗਈ ਇਧਰੋਂ ਫੇਰ ਆਪ ਚੱਲ ਗਈ ਇੰਨਾ ਤਾਂ ਕਮਲਾ ਦੋਨਾਂ ਤੋਂ ਦਸਮਾਵਾਂ ਦੀਆਂ ਤਾਂ ਕੌਣ ਹੋਊਗਾ ਮੈਂ ਕਿਹਾ ਤਾਂ ਸੀਗਾ ਮੈਂ ਕੱਲ ਤਾਂ ਹੁਣ ਹੋ ਗਈ ਤੂੰ ਜਾ ਕੇ ਕਰਨਾ ਅਜੇ ਮੈਨੂੰ ਕੋਈ ਕੰਮ ਆ ਜ਼ਰੂਰ ਮੈਂ ਚਲ ਜਾਇਆ ਆ ਵੀ ਮੈਂ ਗੱਲ ਕਹੀ ਸੀ ਮੈਂ ਕਿਹਾ ਜ਼ਮੀਨ ਜੂਣ ਨਾਲ ਲਵਾਈ ਉਹ ਕਹਿੰਦੀ ਨਹੀਂ ਲਵਾ ਕੇ ਆਉਂਦੀ ਮੈਂ ਕਿਹਾ ਸਾਡਾ ਫਰਕ ਪਵਾ ਦੇ ਕਹਿੰਦੀ ਨਹੀਂ ਇਹ ਗੱਲ ਤਾਂ ਮੈਨੂੰ ਕਹੀ ਆ ਉਹ ਜਾਂਦੀ ਨੂੰ ਚੱਲ ਜੇ ਬੇਬੇ ਇਹ ਜਿਹਾ ਕੁਛ ਕਰੂਗੀ ਉਹ ਤਾਂ ਇੱਕ ਵਾਰੀ ਦੱਸੂ ਆਪਾਂ ਨੂੰ ਉਹ ਅਰਦਾ ਯਕੀਨ ਆ ਉਹ ਇਹ ਜੀ ਨਹੀਂ ਹੈਗੀ ਆ ਉਹ ਉਹਨੂੰ ਵੀ ਸੋਚਣਾ ਚਾਹੀਦਾ ਵੀ ਮੈਥੋਂ ਕੱਢ ਲੋਕੋ ਕੇ ਰੱਖੇ ਕੋਸ ਫੇਰ ਤਾਂ ਹੁੰਦਾ ਭਾਈ ਮੇਰਾ ਚੁੰਨੀ ਜੜਾ ਗਿਆ ਤਾਂ ਮੇਰੇ ਵਿਆਹ ਤੇ ਵੀ ਤੁਸੀਂ ਦੋ ਪੈਸੇ ਲਾਏ ਸੀ ਉਹ ਵੀ ਤਾਂ ਗੱਲ ਐ ਇੰਨਾ ਪੈਸਾ ਲਾਤਾ ਬਥੇਰਾ ਗਿਆ ਤੁਹਾਨੂੰ ਦੋ ਵੀ ਥੋੜਾ ਪੈਸਾ ਲਾ ਲਓ ਥੋੜਾ ਲਾ ਲਓ ਚਲ ਆਪਾਂ ਤਾਂ ਫਰਜ਼ ਬਦੇ ਨਿਭਾਇਆ ਨਾ ਆਪਾਂ ਨੂੰ ਤਾਂ ਨਹੀਂ ਕੱਲ ਨੂੰ ਕੋਈ ਕਹਿੰਦੀ ਤੂੰ ਦੋ ਪੈਸੇ ਨਹੀਂ ਲਾਇਆ ਉਹ ਤਾਂ ਠੀਕ ਐ ਡੈਡੀ ਪਰ ਜੇ ਬੇਬੇ ਨੇ ਪੁੱਠਾ ਕੰਮ ਕਰਤਾ ਨਾ ਆਪਾਂ ਕਿਸੇ ਪਾਸੇ ਜੋਗੇ ਨਹੀਂ ਰਹਿਣੇ ਹੈਗੇ ਠੂਠਾ ਫੜ ਕੇ ਮੰਗਣ ਜੋਗੇ ਹੋ ਜਾਾਂਗੇ ਪਰ ਮੇਰਾ ਮਨ ਤਾਂ ਨਹੀਂ ਮੰਨਦਾ ਜ਼ਮੀਨ ਉਹਨਾਂ ਨੂੰ ਲਵਾ ਦੋਗੇ ਉਹ ਤੇ ਭਾਈ ਅੱਗੇ ਦੀ ਮਰਜ਼ੀ ਐ ਦੇਖੀ ਜਾਓ
ਤੂੰ ਮੈਂ ਤਾਂ ਜਾਂਦੀ ਨੂੰ ਕਹਿ ਕੇ ਤੋਰਿਆ ਮੈਂ ਕੋਈ ਗਲਤ ਕੰਮ ਨਾ ਕਰਦੀ ਕੋਈ ਮਾੜਾ ਜਿਹਾ ਮੇਰੇ ਵੱਲ ਦੇਖ ਲਈ ਕੰਮ ਕੀ ਹੈ ਤੂੰ ਕਦੇ ਫੋਨ ਤੇ ਗੱਲ ਕਰ ਲਾ ਦੱਸ ਇਹ ਜਿਹਾ ਕਿਹੜਾ ਕੰਮ ਪੈ ਗਿਆ ਜਿਹੜਾ ਹਜੇ ਹੁਣ ਆਈ ਹੈ ਤੇ ਹੁਣ ਐਡੀ ਛੇਤੀ ਕੰਮ ਵੀ ਪੈ ਗਿਆ ਤੈਨੂੰ ਪਤਾ ਤਾਂ ਹੈਗਾ ਜੇ ਹੁਣ ਬਾਹਰਾ ਕਹਿੰਦਾ ਫਿਰ ਉਹ ਤੈਨੂੰ ਪਤਾ ਹੀ ਆ ਮੈਨੂੰ ਜਾਣ ਨਹੀਂ ਦਿੰਦੇ ਕਿਤੇ ਗੱਲ ਦਾ ਬਹਾਨਾ ਬਣਾ ਲੈ ਵੱਡਣ ਖਾਣ ਨੂੰ ਬੜਾ ਪੈਂਦੀ ਹੈ ਮੈਂ ਤਾਂ ਕਹੀ ਦਿੱਤਾ ਮੈਂ ਚਲ ਕੁਝ ਵਗ ਜਾਂਦੇ ਹੁਣ ਆਪਾਂ ਕਹੀ ਨਾ ਅਸਾਂ ਗੱਲ ਜਿਹੜੀ ਗੱਲ ਦਾ ਆਪਾਂ ਨੂੰ ਡਰ ਸੀਗਾ ਉਹ ਮੈਂ ਜਾਂਦੀ ਜਾਂਦੀ ਨੂੰ ਕਹਿੰਦਾ ਆਪੇ ਗੱਲ ਨੂੰ ਜ਼ਮੀਨ ਜੋੜ ਨਾ ਲਵਾ ਦੀ ਕਿਤੇ ਇੱਥੇ ਮੈਂ ਸਾਰੀ ਉਮਰ ਧੱਕੇ ਖਾਂਦੀ ਰਹਿ ਜਾਂ ਕਹਿੰਦੀ ਨਹੀਂ ਡੈਡੀ ਤੁਹਾਨੂੰ ਦੀ ਹਿੰਡ ਦਾ ਪਤਾ ਨਹੀਂ ਜਿਹੜਾ ਕੰਮ ਉਹਨੇ ਕਹਿਤਾ ਉਹ ਤਾਂ ਉਹਨੇ ਕਰਨਾ ਹੀ ਆ ਜੋ ਮਰਜ਼ੀ ਹੋ ਜੇ ਮੰਮੀ ਕਹਿੰਦੀ ਤਾਂ ਵਾਰੀ ਵਾਰੀ ਐਂ ਕਹੀ ਜਾਂਦੀ ਸੀ ਤਾਂ ਹੀ ਮੈਂ ਲੱਭੀ ਇਹਨੇ ਵੀ ਇੱਕ ਵਾਰੀ ਮੈਂ ਪੜੋ ਕੇ ਦੇਖਦੀ ਹਾਂ ਉਹ ਭੁਲਾਉਣ ਵਾਲੀ ਗੱਲ ਆ ਜੋ ਮੈਂ ਕਹਿਤਾ ਮੇਰੀ ਨਹੀਂ ਮੰਨਣੀ ਤੇ ਤੇਰੀ ਕਿੱਥੋਂ ਮੰਨ ਲੂਗੀ ਉਹ ਫਿਰ ਵੀ ਉਹ ਤਾਂ ਆਪ ਨੂੰ ਸੋਚਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਕੀ ਕਰਨਗੇ ਵੀ ਇਹਦੇ ਵੀ ਅਗਾਂਹ ਮੂਹਰੇ ਪਹਿਲਾਂ ਵੀ ਆਪਦੇ ਭੈਣ 'ਤੇ ਪੈਸੇ ਲਾਏ ਇਹਨੇ ਵੀ ਕੱਲ੍ਹ ਨੂੰ ਆਪਦੀ ਕੁੜੀ ਵੀ ਵਿਆਹੂਗਾ ਵੀ ਵਿਆਹੁਣ ਵਾਲੀ ਹੈਗੀ ਆ ਵੀ ਕਿੱਥੋਂ ਵਿਆਹੂਗਾ ਇਹ ਗੱਲਾਂ ਤਾਂ ਉਹਨੂੰ ਵੀ ਪਤਾ ਹੀ ਆ ਉਹਨੂੰ ਕੀ ਪਤਾ ਨਹੀਂਗਾ ਚੱਲ ਦੇਖਦੇ ਹਾਂ ਡੈਡੀ ਹੁਣ ਤਾਂ ਜਿਹੜਾ ਕੁਛ ਬਣਦਾ ਤੂੰ ਨਾ ਬਿਨਾ ਗੱਲਬਾਤ ਤੋਂ ਚਿੰਤਾ ਕਰ ਕੋਈ ਗੱਲ ਨਹੀਂ ਤੂੰ ਆਪਦਾ ਜੋ ਰੋਟੀ ਰੂਟੀ ਖਾ ਕੇ ਤੇਰਾ ਆਰਾਮ ਕਰ ਲੈ ਘੰਟਾ ਫਿਰ ਪੜ੍ਹ ਲਈ ਚੰਗਾ ਹਾਂ ਚੱਲਦੇ ਰਹਿਣਗੇ ਕਿਉਂਕਿ ਰਾਜ ਦੇ ਢਾਂਚੇ ਆ ਇਹ ਤਾਂ ਪਰਮਾਤਮਾ ਤੇ ਛੱਡਦੇ ਜਿਹੜਾ ਕੁਛ ਉਸੇ ਨਹੀਂ ਕਰਨਾ ਉਸ ਚੰਗਾ ਵੀ ਉਹ ਨਹੀਂ ਕਰਨਾ ਕਹਿੰਦੇ ਮਾੜਾ ਵੀ ਉਹ ਨਹੀਂ ਕਰਨਾ ਜਿਹੜਾ ਕੁਛ ਕਿਸਮਤ 'ਚ ਲਿਖਿਆ ਤਾਂ ਹੋ ਕੇ ਰਹੂਗਾ ਉਹਨੂੰ ਕੋਈ ਨਹੀਂ ਟਾਲ ਸਕਦਾ ਆ ਪਈਆਂ ਲੱਤਾਂ ਤਾਂ ਨਹੀਂ ਉਹ ਖੜੀ ਹੋ ਕੀ ਹੋ ਗਿਆ ਕੀ ਹੈ ਚੀਕਾ ਮਾਰੀ ਜਾਂਦੇ ਹੋ ਹੋਣਾ ਕੀ ਸੀ ਤੈਨੂੰ ਕਿੰਨੇ ਵਾਰ ਕਿਹਾ ਸੀ ਨਾ ਛੱਡਿਆ ਕਰ ਪੱਖਾ ਚਲਾ ਲਿਆ ਕਰ ਉਹ ਯਾਰ ਗਰਮੀ ਸੀ ਬਿੱਲ ਪਤਾ ਕੀ ਕਿੰਨਾ ਆਏਗਾ ਹਲੇ ਕਿੱਥੋਂ ਭਰੇਂਗੀ ਕਿਉਂ ਕਿੱਥੋਂ ਭਰੂੰਗੀ ਮੇਰੇ ਪੇਕੇ ਨੇ ਇੰਨਾ ਪੈਸਾ ਦਿੱਤਾ ਭਰ ਦੂੰਗੀ ਮੈਂ ਉਹ ਪੈਸਾ ਹੁਣ ਨਹੀਂ ਰਿਹਾ ਪਹਿਲਾਂ ਨਾ ਕੰਮ ਗਿਆ ਹੁਣ ਰਾਣੀ ਵਾਲ ਨਹੀਂ ਛੱਡ ਦੇ ਤੂੰ ਨਹੀਂ ਰਿਹਾ ਹਾਂ ਨਾ 15 ਲੱਖ ਦੀ ਜ਼ਮੀਨ ਵੇਚੀ ਸੀ ਜਿਹੜੀ ਮੇਰੀ ਮਾਂ ਦੇ ਕੇ ਗਈ ਸੀ ਨਾ ਉਹ ਪੈਸਾ ਕਿੱਥੇ ਗਿਆ ਜਿਹੜੇ ਮੁੰਡੇ ਨਾਲ ਬਿਜ਼ਨਸ ਕਰਿਆ ਸੀ ਉਹਨਾਂ ਘਾਟਾ ਪੈ ਗਿਆ ਉਹ ਪੈਸੇ ਨਾਲ ਘਾਟਾ ਪੈ ਗਿਆ ਹਾਂ ਮੈਨੂੰ ਨਹੀਂ ਪਤਾ ਮੈਨੂੰ ਤਾਂ ਪੈਸੇ ਲਿਆ ਕੇ ਦੇ ਸਾਰੇ ਜਿਹੜੇ ਮੇਰੇ ਪੇਕਿਆਂ ਵਾਲੇ ਸੀਗੇ ਮੈਂ ਤਾਂ ਜਿਹੜੇ ਆਪਦੇ ਵੀ 4 ਰੁਪਏ ਜੋੜੇ ਸੀ ਉਹ ਵੀ ਚ ਫਸਾ ਲਏ ਉਹ ਵੀ ਗਏ ਨਾਲ ਨਾਲ ਉਹ ਜਾਣੀ ਸੀਗਾ 15 ਲੱਖ ਤਾਂ ਮੈਨੂੰ ਤਾਂ ਲੱਗਦਾ ਨਾ ਤੂੰ ਐਵੇਂ ਮੈਨੂੰ ਝੂਠ ਬੋਲੀ ਜਾਣਾ ਪੈਸੇ ਕਿਸੇ ਨੂੰ ਦੇ ਕੇ ਆਇਆ ਬਾਹਰ ਇਹੋ ਜਿਹੀਆਂ ਗੱਲਾਂ ਨਹੀਂ ਮੈਂ ਝੂਠ ਬੋਲਦਾ ਕਦੇ ਵੀ ਨਾ ਮੈਨੂੰ ਸੱਚੀ ਦੱਸ ਦੇ ਸੱਚੀ ਆਪਣੇ ਪੈਸੇ ਡੁੱਬ ਗਏ ਉਹ ਸੱਚੀ ਡੁੱਬ ਗਏ ਮੈਂ ਝੂਠ ਕਿਉਂ ਬੋਲੂੰਗਾ ਹਲੇ ਇੰਨੇ ਪੈਸੇ ਨਾ ਮੈਂ ਗੱਲ ਝੂਠ ਬੋਲੂੰਗਾ ਹਾਏ ਬਸ ਹੁਣ ਤਾਂ ਮੱਝਾਂ ਰੱਖਣੀਆਂ ਪੈਣੀਆਂ ਇੱਥੇ ਮਹਾਰਾਣੀ ਬਾਨੀ ਛੱਡ ਦੇ ਕੱਖ ਨਾ ਕੱਖ ਲੈਣ ਜਾਇਆ ਕਰ ਮੱਝਾਂ ਸਾਂਭਿਆ ਕਰਾਂਗੇ ਫਿਰ ਟਾਈਮ ਪਾਸ ਹੋਊਗਾ ਨਹੀਂ ਉਹ ਨਹੀਂ ਹੁੰਦਾ ਹੈਗਾ ਹੁਣ ਮੇਰੇ ਤੋਂ ਨਹੀਂ ਲਿਆਂਦੇ ਆਉਂਦੇ ਕੱਖ ਕੁੱਖ ਕਿਉਂ ਹੋਰ ਕੌਣ ਲੈ ਕੇ ਆਊਗਾ ਹੁਣ ਅੱਛਾ ਮੈਂ 15 ਲੱਖ ਦੇ ਕੇ ਵੀ ਕੱਖ ਲੈ ਕੇ ਆਵਾਂ ਹੈ ਜਦੋਂ 15 ਲੱਖ ਰਹੀ ਨੀ ਉਹ ਕਰਨੀ ਪਊ ਕੰਮ ਹੋਰ ਕੀ ਕੰਮ ਕਰੇਂਗੀ ਹੁਣ ਮੇਰੀ ਤਾਂ ਕਿਸਮਤ ਹੀ ਫੁੱਟ ਗਈ ਤੇਰੇ ਨਾਲ ਮੱਥਾ ਕਿਹਾ ਜਿਹਾ ਲੱਗ ਗਿਆ ਕਿਸਮਤ ਤਾਂ ਫੁੱਟਣੀ ਸੀ ਇਹੀ ਤੇਰੇ ਘਰਦਿਆਂ ਨੇ ਮਨੂਸ ਪੈਸੇ ਦਿੱਤੇ ਨੇ ਮੇਰੇ ਵੀ ਪੈਸੇ ਡਬੋ ਕੇ ਅੱਛਾ ਹੁਣ ਵੀ ਮੇਰੇ ਘਰਦਿਆਂ ਚ ਕਸੂਰ ਕੱਢੀ ਚੱਲ ਅੱਧੇ ਚ ਨਾ ਕੱਢ ਨਾ ਮੇਰੇ ਘਰਦਿਆਂ ਨੇ ਕਿਹੜਾ ਤੈਨੂੰ ਕਿਹਾ ਸੀ ਵੀ ਉਹ ਪੈਸੇ ਚੱਕ ਕੇ ਕਿਸੇ ਨੂੰ ਫੜਾ ਦੇ ਧੱਕੇ ਫੜਾ ਦੇ ਨਾਲੇ ਹੋਰ ਹੁਣ ਕੰਮ ਕੋਈ ਨਾ ਕੋਈ ਤਾਂ ਕਰਨਾ ਹੀ ਪਊ ਨਾ ਫਿਰ ਕਰ ਲਓ ਆਪਦਾ ਮੇਰੇ ਤੋਂ ਨਹੀਂ ਹੁੰਦਾ ਤੂੰ ਕਰਦੀ ਤਾਂ ਕਿਵੇਂ ਨਹੀਂ ਮੈਨੂੰ ਇੱਕ ਵਾਰੀ ਮੱਝਾਂ ਨਾਮਾ ਲੈ ਆਉਣ ਦੇ ਤੂੰ ਤਾਂ ਮੂਰੇ ਮੂਰੇ ਭੱਜੀ ਫਿਰੇਂਗੀ ਹਾਏ ਵੇ ਸੱਚੀ ਮੱਝਾਂ ਨੂੰ ਕੱਖ ਪਾਉਣੇ ਪੈਣਗੇ ਹਾਂ ਹੋਰ ਕੀ ਕਰੀ ਸੱਚ ਦੱਸ ਦੇ ਕਿਤੇ ਝੂਠ ਤਾਂ ਨਹੀਂ ਬੋਲਦਾ ਉਹ ਮੈਂ ਨਹੀਂ ਝੂਠ ਬੋਲਦਾ ਮੈਂ ਤੈਨੂੰ 3 ਵਾਰੀ ਕਹਿਤਾ ਹਾਏ ਵੇ ਮੇਰਾ 15 ਲੱਖ ਹਾਏ ਵੇ ਕੀ ਹੋ ਗਿਆ ਤੈਨੂੰ ਇੱਕ ਵਾਰ ਪਾਣੀ ਲੈ ਕੇ ਆਉਣਾ ਆ ਦੇਖ ਲਾ ਪੁੱਤ ਆ ਤੇਰੀ ਭੂਆ ਕਿਆ ਨੂੰ ਇੰਨਾ ਘਾਟਾ ਪੈ ਗਿਆ ਆ ਪਤਾ ਨਹੀਂ ਤੇਰੇ ਫੁੱਫੜ ਨੇ ਕਿਹੜੀ ਕੰਪਨੀ ਚ ਖਾਣੀ ਬਿੱਟ ਬੁੱਟ ਦੀ ਕੀ ਮਿੰਤਾ ਤੈਨੂੰ ਪਤਾ ਨਹੀਂ ਹੈਗਾ ਓਹੋ ਮੰਮੀ ਬਿਟਕੋਇਨਸ ਨਹੀਂ ਹੈਗੀ ਜਿਹੜੀ ਕੰਪਨੀ ਉਹ ਭੱਜ ਗਈ ਕਹਿੰਦੇ ਐਪ ਹੀ ਉਹਨਾਂ ਨੇ ਡਿਲੀਟ ਕਰਤਾ ਸੱਚੀ ਹਾਂ ਕਿਉਂ ਨਾਲੇ ਤੇਰਾ ਫੁੱਫੜ ਨਾ ਨਸ਼ੇ ਕਰਨ ਲੱਗ ਗਿਆ ਆ ਜਿਹੜੀਆਂ 3-4 ਮੱਝਾਂ ਹੀ ਸੀਗੀਆਂ ਨਾ ਹੁਣ ਤੇਰੀ ਭੂਆ ਫਿਰਦੀ ਹੈ ਗੂਹਾ ਕੂੜਾ ਕਰਦੀ ਉਸੇ ਤੇ ਹੁਣ ਗੁਜ਼ਾਰਾ ਕਰਦੇ ਆ ਦੇਖ ਲਾ ਅੱਛਾ ਤੈਨੂੰ ਕੌਣ ਦੱਸਦਾ ਸੀ ਨਹੀਂ ਮੈਨੂੰ ਪਤਾ ਲੱਗਿਆਗਾ ਆਪਣੇ ਵੇਲੇ ਤਾਂ ਤੜਫਣਾ ਆਉਂਦੀ ਨੀ ਸੀਗੀ ਜਦੋਂ ਆਪਣੇ ਤੇ ਮਾੜਾ ਟਾਈਮ ਸੀ ਭੋਰਾਣੀ ਤੜਫਦੀ ਸੀ ਤੇਰੀ ਦਾਦੀ ਲੋੜ ਨੀ ਹੈਗੀ ਸਮਾਂ ਨਾ ਹੋਰ ਤੇ ਨੂਣ ਭੁੱਕਿਆ ਕਰੋ ਉਹਦੇ ਜ਼ਖਮਾਂ ਤੇ ਮੈਂ ਪੁੱਤ ਨੂਣ ਭੁੱਕੂਗੀ ਕੀ ਫਾਇਦਾ ਐਵੇਂ ਤੇ ਫਿਰ ਕਲੇਸ਼ ਹੋਊਗਾ ਚੁੱਪੀ ਚੰਗੀ ਆ ਆਪਾਂ ਤਾਂ ਉੱਥੇ ਡੋਰੀ ਛੱਡੀ ਹੈਗੀ ਰੱਬ ਤੇ ਸਹੀ ਗੱਲ ਆ ਰੱਬ ਨੇ ਨਾ ਆਪਣੀ ਸੁਣ ਵੀ ਲਈ ਹਾਂ ਛੇਤੀ ਸੁਣ ਲਈ ਨਾਲੇ ਸਹੀ ਗੱਲ ਆ ਹੁਣ ਫਿਰ ਦੇ ਧੱਕੇ ਖਾਂਦੀ ਧੱਕੇ ਖਾਂਦੀ ਹਾਂ ਨਾਲੇ ਹੁਣ ਦੇਖ ਲਾ ਇੰਨਾ ਨਸ਼ਾ ਕਰਤਾਗਾ ਉਹ ਹੁਣ ਸਾਂਭ ਲੈ ਉਹਨੂੰ ਨਸ਼ਾ ਤਾਂ ਅਗਲੇ ਨੇ ਕਰਨਾ ਹੀ ਸੀ ਜਦੋਂ ਖੁੱਲਾ ਪੈਸਾ ਮਿਲ ਗਿਆ ਵਰਤਣ ਨੂੰ ਹਾਂ ਨਸ਼ਾ ਕਰੂਗਾ ਹੀ ਕਰੂਗਾ
ਤੇ ਹੁਣ ਫਿਰ ਗੁਜ਼ਾਰਾ ਬਸ ਕੱਲਾ ਮੱਝਾਂ ਦੇ ਸਿਰ ਤੇ ਹੀ ਆ। ਮੱਝਾਂ ਦੇ ਸਿਰ ਤੇ ਪੁੱਤ ਹੋਰ ਕੀ ਕਰੂਗੀ, ਨਾਲੇ ਮਹਾਂ ਪਤਾ ਲੱਗਦਾ ਹੈ। ਅੱਗੇ ਤਾਂ ਕਹਿੰਦੀ ਸੀ ਮੈਂ ਤਾਂ ਹੁਕਮ ਚਲਾਉਣੀ ਆ। ਚਲਾ ਲਾ ਹੁਣ ਹੁਕਮ। ਹੁਣ ਪਤਾ ਲੱਗਾ ਗੋਹਾ ਸਿੜਦੀ ਆ ਆਪੇ, ਤੇ ਉਹੀ ਜਿਹੜਾ ਹੈਗਾ ਮਾਣਾ ਮੂਹੇ ਦੁੱਧ ਪਾਉਂਦੇ ਸੀ, ਹੁਣ ਪਤਾ ਲੱਗਦਾਗਾ ਕਿਵੇਂ। ਸਹੀ ਗੱਲ ਆ। ਹਾਂ, ਵੇਚ ਕੇ ਚਾਰ ਪੈਸੇ ਵੀ ਮਸਾ ਵਰਤਦੇ ਹੋਣਗੇ। ਹੁਣ ਤਾਂ ਕਬੀਲਦਾਰੀ ਚਲਾਉਣੀ ਕੱਲੀਆਂ ਮੱਝਾਂ ਤੇ ਬਹੁਤ ਔਖੀ ਹੈ ਜੀ, ਬਹੁਤ ਔਖੀ ਆ। ਮੱਝਾਂ ਦੇ ਟਾਈਮ ਚ ਪੂਰਾ ਹੁੰਦਾ ਹੈਗਾ। ਹਾਂ, ਜੇ ਮੱਝਾਂ ਨੂੰ ਕੁਛ ਪਾਉਗੀ ਫੇਰ ਹੀ ਉਹ ਦੁੱਧ ਦੇਣਗੀਆਂ। ਮੱਝਾਂ ਕਢਾਈ ਦੁੱਧ ਬੰਦਾ ਤਾਂ ਰਹਿਣੀ ਹੁਣ ਕਿਸੇ ਕੰਮ ਦਾ, ਇਹ ਤਾਂ ਹੁਣ ਤੂੰ ਦੇਖਦੀ ਜਾ। ਹੋਰ ਵੀ ਡਿੱਗੂਗਾ ਗਾ, ਨਸ਼ੇ ਹੀ ਕਰੂਗਾ। ਕਿਉਂ, ਘਾਟੇ ਜਿਹੜੇ ਪੈ ਜਾਂਦੇ ਆ ਬੰਦੇ ਨੂੰ, ਦਿਮਾਗ ਤੇ ਲੋੜ ਹੀ ਪੈਂਦੇ ਨੇ ਜੀ। ਸਹੀ ਗੱਲ ਆ ਮੰਮੀ। ਇੱਕ ਗੱਲ, ਰੱਬ ਨੇ ਚੰਗਾ ਵੀ ਕਰਿਆ ਪਰ ਤਰਸ ਤਾਂ ਆਉਂਦਾ ਏ, ਫਿਰ ਵੀ ਆਪਣੇ ਘਰ ਦੀ ਧੀ ਸੀ। ਬਸ ਪੁੱਤਾ ਹੀ ਤਾਂ ਹੈ, ਜ਼ਿਆਦਾ ਚੱਕਵੀ ਗੱਲ ਆਪਾਂ ਕਰ ਵੀ ਨਹੀਂ ਸਕਦੇ। ਸਹੀ ਗੱਲ ਆ। ਹਾਂ, ਪਰ ਬੇਬੇ ਨੂੰ ਤਾਂ ਅਕਲ ਜੀ ਆ ਜੂਗੀ ਹੁਣ। ਬੇਬੇ ਬਾਹਲਾ ਚੰਬਲੀ ਫਿਰਦੀ ਸੀ। ਬੇਬੇ ਨੇ ਤਾਂ ਬਥੇਰੀਆਂ ਕੀਤੀਆਂ ਆਪਣੇ ਨਾਲ। ਹਾਂ, ਬਸ ਇੱਕ ਹੁਣ ਮੂਹਰੇ ਆਉਂਦੀਆਂ ਨੇ, ਜਿਹੜਾ ਰੋਂਦੀ ਝੱਲੀ ਨਹੀਂ ਜਾਂਦੀ। ਹਾਂ, ਲੈ ਬਾਈ ਆ ਲਾਸਟ ਆ ਯਾਰ। ਵਾਲਾ ਹੋਰ ਨਾ ਨਾ ਯਾਰ, ਭਾਵੇਂ ਘਰੇ ਜਾਣਾ ਯਾਰ। ਤੇਰੇ ਸਾਰਿਆਂ ਦੇ ਪੈਸੇ ਮੈਨੂੰ ਹੋਸੀ ਸੀ ਯਾਰ। ਅੱਗੇ ਭੈਣ ਦੇ ਲੈ ਸੁੱਕੀ ਪਈ ਨਾ, ਅੱਗੇ ਤੂੰ ਮੀਟ ਨਾ ਪਿਆਉਂਦਾ ਹੁੰਦਾ ਜੀ ਮੈਨੂੰ, ਅੱਗੇ ਮੀਟ ਖਾਂਦੇ। ਤਾਂ ਬਾਈ ਮੈਂ ਕਰਾਂ ਕੀ ਆ, ਮੈਂ ਮਜ਼ਬੂਰ ਹੋ ਰਿਹਾ ਹੁਣ। ਮੇਰੇ ਕੋਲ ਭੈਣ ਨੂੰ ਪਤਾ ਕੁਛ ਨਹੀਂ, ਮੇਰੇ ਕੋਲ ਮੈਂ ਸਾਰਾ ਕੁਛ ਖਤਮ ਹੋ ਗਿਆ ਬਾਈ। ਚੱਲ ਯਾਰ ਬਾਈ, ਹੁਣ ਕਿੱਥੇ ਭੈਣ, ਅੱਗੇ ਅੰਗਰੇਜ਼ੀ ਪੀਂਦੇ, ਅੱਗੇ ਦੇਸੀ ਨਾ ਸਾਰੀ ਨਾ ਤੂੰ ਬਾਈ ਰੋਕੋ, ਹਜੇ ਕਿ ਮੈਨੂੰ ਬਹਿ ਜਾ ਤੂੰ। ਨਹੀਂ ਯਾਰ, ਉਹ ਮੇਰਾ ਟਾਈਟ ਹੋ ਗਿਆ। ਹੁਣ ਕਿਥੋਂ ਡੱਗ ਕੇ ਆਏ ਹੋ? ਮੈਨੂੰ ਨੰਗ ਕਰਕੇ ਹੁਣ ਇੱਥੇ ਆਪ ਰੋਈਏ ਨਹੀਂ ਹੈ ਨਾ? ਮੈਂ ਤੈਨੂੰ ਕੀ ਨੰਗ ਕਰਤਾ? ਤੇਰੇ ਪੇਕਿਆਂ ਦੇ ਮੈਨੂੰ ਸਪੈਸ਼ਲ ਨਹੀਂ, ਮੈਨੂੰ ਬਰਬਾਦ ਕਰਕੇ ਰੱਖਤਾ ਤੂੰ ਨਾ? ਮੇਰੇ ਤੋਂ ਗਲਤੀ ਹੋ ਗਈ, ਜਿਹੜੇ ਮੈਂ ਆਪਦੇ ਪੇਕਿਆਂ ਤੋਂ ਤੈਨੂੰ ਪੈਸੇ ਦਵਾਤੇ, ਮੈਂ ਤੈਨੂੰ ਫੜਾਉਂਦੀ ਨਾ, ਗਲਤੀ ਤਾਂ ਮੇਰੀ ਸੀ। ਗਲਤੀ ਤਾਂ ਮੇਰੀ ਸੀ ਜਿਹੜਾ ਮੈਂ ਤੈਨੂੰ ਲੈ ਕੇ ਲਿਆਏਗਾ। ਕੰਜਰਾਂ ਤਾਂ ਨਸ਼ੇ ਵੀ ਕਰਨ ਲੱਗ ਗਿਆ ਤੂੰ, ਕੋਈ ਘਰ ਤੋਂ ਚੀਜ਼ ਵੀ ਨਹੀਂ ਛੱਡੀ ਹੈਗੀ। ਹੋਰ ਕੀ ਕਰਾਂ ਮੈਂ? ਮਾੜੀ ਮੋਟੀ ਤਾਂ ਸ਼ਰਮ ਕਰ ਲੈ ਕੰਜਰਾ, ਕਿ ਮੈਂ ਡੱਕਿਆ ਰਹਿੰਦਾ ਸਾਰਾ ਦਿਨ ਨਸ਼ੇ ਨਾਲ, ਮੈਂ ਸਾਰਾ ਦਿਨ ਲੋਕਾਂ ਦੇ ਗੋਹਾ ਗੋੜਾ ਸਿੱਟਦੀ ਆ, ਤੇ ਉਹ ਨਸ਼ਾ ਹੀ ਨਹੀਂ ਲੋਟ ਆਉਂਦਾ ਹੈਗਾ। ਹੁਣ ਤਾਂ ਕੰਜਰੋ ਲੋਕਾਂ ਦੇ ਗੋਹਾ ਸੁੱਟਣ ਵੀ ਲਾਤਾ ਮੈਨੂੰ। ਕੰਜਰ ਮੂਤ ਵੀ ਕਹਿੰਦਾ ਤੁਹਾਡਾ ਸਾਰਾ ਚੌੜਾ ਹੀ ਇਹੋ ਜਿਹਾ, ਕਿਸਮਤ ਮੁੱਟ ਗਈ ਮੇਰੀ। ਮੈਨੂੰ ਤੇਰੇ ਪਿਓ ਦੀ ਫਿਕਰ ਹੈ। ਹਰਜਨ ਮੇਰੇ ਸਾਰੀਆਂ ਕਿੱਥੇ ਜਾਣੀ ਹੈ? ਹੋਣਾ ਕੀ ਆ ਪੁੱਤ, ਹੁਣ ਕੁਛ ਹੋਰ ਫੜਪਣ ਆ ਗਈ ਹੋਣੀ ਹੈਗੀ। ਮੰਮੀ ਮੈਨੂੰ ਤਾਂ ਲੱਗਦਾ ਨਾ ਫੁੱਫੜ ਨੇ ਕੁੱਟ ਕੇ ਭਜਾਈ ਆ। ਚੱਲ ਆ ਜਾ। ਕੀ ਹੋ ਗਿਆ? ਕਿਉਂ ਰੋ ਰਹੀ ਹੈ? ਕੀ ਹੋ ਗਿਆ ਦੱਸ ਤਾਂ ਸਹੀ। ਹੋਣਾ ਕੀ ਸੀ, ਦੋ ਦਿਨ ਹੋ ਗਏ ਹੁਣ ਗਈ ਨਹੀਂ ਮਿਲਣੇ ਨੂੰ, ਮੈਂ ਤਾਂ ਰੋਂਦੀ ਹੋਊਗੀ ਇਹ। ਕੀ ਹੋ ਗਿਆ ਦੱਸ ਨਹੀਂ ਵੀਰੇ,
मां जी तू मेनू जमीन दिती सी ना तेरा जमाई सारी जमीन बेच के नशे कर गया ते मेनू कुट के घरों कढ़ दा चुप कर पुत बस चुप कर मेहनत दी जाओ बोल ही ना पहला देखना मेनू दे ना दे चल मैं ठेका ठोका दे दिया करू पर मेरी एक नहीं सुनी ना तो मां ने सुनी है ना सुनी है हूं ये मैं भी की कर सकता गा मैं वीरे लालच च आ गई सी मेनू प्लीज माफ कर दो जमीन होंगी ना मैं तेरे मोटे मोटा लाके खड़ता मेरी भैन आ गई मैं तेरे नाल खड़ा तू एक बार मैंने सोचा भी कल नूं इहदा की बनूगा जमीन मानी 15 लाख रुपए की सोचा मेरे अखां ते पट्टी बजी हुई पट्टी बनना बनना मैं जो दहाड़े कल मैं लाता मैं दिहाड़िया ही करना मेरे बारे तो एक बार ही नहीं सोचा भी कल मेरे मुंडे का की बनूगा ना ही नहीं सोचा भी मैं हिस्सा लेई जानी है भी मेरे भरा ने कहना कुछ मैं थलको के रखेगा मैं तो तुम्हें दिहाड़िया कर लाता हजे कहते हूं मैं की कर सकता ये मैं ये कुछ नहीं कर सकता हाँ जे मेरे नाल खड़ी होंगी अब जो मैं मोटे ना मोटा ला के खड़ता ये तो ब्याह होर कर दिता कितने मैं हूं मैं की कहना मेरे को तो कुछ नहीं गा मैं तो ये कुछ नहीं कर सकता चल कोई गल नहीं वीरे मैनू माफ तो कर सकते ना जमीन बेच देना पहला आ गल सोचनी जरूरी होंगी है कल मेनु कीम होगी बाद च मैं कि जाके मोटे ना मोटा लगू आ तो गल तू सोचती मां किन्ना चेर भी मेरा भैन भाई कम आता हों मेरा भरा ही कम आऊगा तू ये एक बार नहीं सोची सुन तो ऐ हो गया साढ़े को पैसे आ गए हम भरा तो की लैना ना भरजाई तो की लैना गा तू तो सोच ला तेरी तो भुआ लगदी है मैं चंगा लाता फिर दिहाड़े कर लाता हूं जिम्मे सोनू चंगा लाता भाई उम्मीद कर लो मैं तो कुछ नहीं कर सकता सही गल है पहला तो गलती मैं करी मां चल मैं तो न्याणी सी कम तो कम तू तो मेनू समझा दंदी ना एड्डी वड्डी गलती करवाती मेरे तो जे मैं ना जमीन लेके गई हुंदी ना ते अज मेरा भरा ते भरजाई मेरे नाल खड़े हुंदे इस जमीन दे लालच ने ना रिश्ते ही तड़वाते मेरे नालो हुण ना मैं उधर दी नहीं ना मैं इधर दी बस तू मैं तो एवें धी दे पैर च अन्नी हो गई